ਮਹਾਂ ਨੂੰ ਕਦੇ ਗੁਰੂ ਘਰੇ ਮੱਥਾ ਨਾ ਟਕਾਇਆ, ਸ਼ਹਿਰ ਹੀਰਾ ਨੂੰ ਕਰਾਉਂਦਾ ਫਿਰੇ ਲੇਕਾਂ ਦੀ, ਹਾਏ ਲਿਮਟਾਂ ਤੇ ਚੱਲੇ ਤੇਰਾ ਘਰ ਵੀ ਰਿਹਾ ਹੋਏ ਰੀਸ ਕਰਦੇ ਦੁਬਈ ਵਾਲੇ ਸ਼ੇਖਾਂ ਦੀ, ਕਿ ਫੋਰਚੂਨਰ ਤੋਂ ਮਨ ਜਾਇ ਅੱਕ ਗਿਆ, ਦਿਲ ਕਰਦਾ ਕੋਈ ਕਰਕੇ ਚੇਂਜ ਲੈ ਲਾ, ਹਾਏ ਓਡੀ ਵਾਲੇ ਨੂੰ ਵੀ ਨੀਂਦ ਜੀ ਨਹੀਂ ਆਉਂਦੀ, ਹੋਏ ਕਹਿੰਦਾ ਵੇਚ ਕੇ ਛੇਤੀ ਰੇਂਜ ਲੈ ਲਾ, ਹਾਏ ਕੱਪੜਿਆਂ ਵਾਂਗ ਬਦਲੀਆਂ ਗੱਡੀਆਂ, ਹਾ ਤਾਂ ਮਿੱਤਰਾ ਚੋਜ ਅਮੀਰਾਂ ਦੇ, ਪਰ ਕੋਈ ਟਾਵਾਂ ਹੀ ਬੰਦਾ ਸਬਰ ਕਰੇ ਜੋ ਲਿਖਿਆ ਵਿੱਚ ਤਕਦੀਰਾਂ ਦੇ। ਪਰਮਾਤਮਾ ਨੇ ਤੁਹਾਡੇ ਤੇ ਇੱਕ ਬਹੁਤ ਵੱਡੀ ਬਖਸ਼ਿਸ਼ ਕੀਤੀ ਹੈ, ਮੈਂ ਮੇਰੇ ਦਿਨ ਰਾਤ ਉੱਠ ਕੇ ਹੀ ਸ਼ੁਕਰਾਨਾ ਕਰਦਾ। ਆਵਾਜ਼ ਤਾਂ ਹੈ ਹੀ ਹੈ ਪਰ ਜਿਹੜੀ ਕਲਮ ਨਹੀਂ ਡੂੰਗੀ, ਬਈ ਕਲਮ ਦਾ ਜ਼ਰੂਰ ਕੋਈ ਵੱਡਾ ਰਾਜ ਆ, ਜਾਂ ਤਾਂ ਜ਼ਿੰਦਗੀ ਨੇ ਤੁਹਾਨੂੰ ਸਿਖਾਇਆ। ਮੈਨੂੰ ਵੀ ਖੁਦ ਨੂੰ ਸਮਝ ਨਹੀਂ ਆ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਬਿੱਟੂ ਚੱਕਵਾਲਾ। ਦੋਸਤੋ, ਰੰਗ ਪੰਜਾਬ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ। ਤੁਸੀਂ ਜਾਣਦੇ ਹੋ ਦੋਸਤੋ, ਨਿਊਜ਼ ਨੰਬਰ .com ਦੇ ਜ਼ਰੀਏ ਅਸੀਂ ਤੁਹਾਨੂੰ ਸਮੇਂ-ਸਮੇਂ ਤੇ ਪੰਜਾਬ ਦੇ ਕਲਾਕਾਰਾਂ ਦੇ ਨਾਲ ਮਿਲਾਉਂਦੇ ਆ ਰਹੇ ਹਾਂ। ਅੱਜ ਦੇ ਸਾਡੇ ਮਹਿਮਾਨ ਕਲਾਕਾਰ ਨੇ ਤੁਹਾਡੇ ਸਾਰਿਆਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਆਰਨੇਤ। ਆਰਨੇਤ ਨੇ ਦੋਸਤੋ ਰਿਕਾਰਡ ਤੋੜਦਾ 2800 ਅਤੇ ਜਗੀਰਦਾਰ ਵਰਗੇ ਗੀਤਾਂ ਦੇ ਨਾਲ ਜਿਹੜਾ ਤੁਹਾਡੇ ਰੂਬਰੂ ਹੋਏ। ਜਿੱਥੇ ਆਰਨੇਤ ਦੇ ਜੀਵਨ ਦੇ ਬਾਰੇ ਅੱਜ ਆਪਾਂ ਢੇਰ ਸਾਰੀਆਂ ਗੱਲਾਂ ਬਾਤਾਂ ਕਰਾਂਗੇ, ਉੱਥੇ ਬਾਈ ਦੇ ਜਿਹੜੇ ਗੀਤਾਂ ਦਾ ਵੀ ਨਾਲ ਦੀ ਨਾਲ ਆਨੰਦ ਜਿਹੜਾ ਤੁਹਾਨੂੰ ਆਵੇਗਾ। ਆਰਨੇਤ, ਤੁਹਾਨੂੰ ਦੱਸ ਦਈਏ, ਇੱਕ ਅਜਿਹਾ ਕਲਾਕਾਰ ਆ ਜਿਸਨੇ ਆਪਣੀ ਆਵਾਜ਼ ਦੇ ਨਾਲ ਨਾਲ ਜੋ ਗਾਇਆ ਉਹ ਉਹਨਾਂ ਦੀ ਆਪਣੀ ਹੀ ਕਲਮ ਦਾ ਗਾਇਆ, ਜਿੱਥੇ ਤੱਕ ਜ਼ਿਆਦਾ ਹੱਦ ਤੱਕ ਜੋ ਉਹਨਾਂ ਦੇ ਗੀਤ ਰਿਕਾਰਡ ਹੋਏ ਨੇ। ਆਰਨੇਤ ਦੀ ਕਲਮ ਬਹੁਤ ਵਧੀਆ, ਉਹਨਾਂ ਦੀ ਆਵਾਜ਼ ਬਹੁਤ ਵਧੀਆ ਅਤੇ ਬਾਈ ਦਾ ਸਲੀਕਾ ਅਤੇ ਅੰਦਾਜ਼ ਬਹੁਤ ਵਧੀਆ। ਸਭ ਤੋਂ ਵੱਡੀ ਗੱਲ, ਜਿਹੜੀ ਨਿਊਜ਼ ਨੰਬਰ .com ਦੀ ਟੀਮ ਅੱਜ ਉਹਨਾਂ ਨੂੰ ਮਿਲ ਕੇ ਇਸ ਗੱਲ ਦਾ ਵੀ ਮਾਣ ਮਹਿਸੂਸ ਕਰ ਰਹੀ ਹੈ, ਕਿਉਂਕਿ ਬਾਈ ਦੇ ਅਸੀਂ ਇਸ ਗੱਲ ਲਈ ਵਿਸ਼ੇਸ਼ ਤੌਰ 'ਤੇ ਧੰਨਵਾਦੀ ਹਾਂ, ਕਿਉਂਕਿ ਉਹਨਾਂ ਦੇ ਜਿਹੜੇ ਗੀਤਾਂ ਨੂੰ ਲੈ ਕੇ ਅੱਜ ਉਹਨਾਂ ਦੀ ਮਕਬੂਲੀਅਤ ਆ। ਬੇਸ਼ੱਕ ਰੁਝੇਵਿਆਂ ਭਰਿਆ ਸਮਾਂ, ਪਰ ਨਿਊਜ਼ ਨੰਬਰ .com ਦੀ ਟੀਮ ਦੇ ਨਾਲ ਅੱਜ ਉਹ ਆਪਣਾ ਪੂਰਾ ਸਮਾਂ ਦੇ ਰਹੇ ਨੇ। ਸੋ ਬਾਈ ਹੋਰਾਂ ਦੇ ਨਾਲ ਉਹਨਾਂ ਦੇ ਜੀਵਨ ਬਾਰੇ ਅਤੇ ਉਹਨਾਂ ਦੇ ਗਾਇਕੀ ਦੇ ਸਫ਼ਰ ਬਾਰੇ ਕਰਾਂਗੇ ਗੱਲਾਂ ਬਾਤਾਂ। ਆਓ ਤੁਹਾਨੂੰ ਮਿਲਾਈਏ ਬਾਈ ਆਰਨੇਤ ਦੇ ਨਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ ਵੀਰੇ, ਅਤੇ ਮੈਂ ਤਾਂ ਇਹਨੂੰ ਧੰਨਵਾਦ ਕਰਦਾ ਨਿਊਜ਼ ਨੰਬਰ .com ਤੋਂ ਪਹੁੰਚੀ ਸਾਰੀ ਟੀਮ ਦਾ, ਜੋ ਕਿ ਸਾਡੇ ਵਰਗੇ ਗੁੰਮਨਾਮ ਬੰਦਿਆਂ ਨੂੰ ਇੱਕ ਨਾਮਵਾਰਾਂ ਦੀ ਗਿਣਤੀ ਦੇ ਵਿੱਚ ਲੈ ਕੇ ਆਉਂਦੇ, ਅਤੇ ਮੈਂ ਸਪੈਸ਼ਲੀ ਧੰਨਵਾਦ ਬਿੱਟੂ ਚੱਕ ਵਾਲੇ ਵੀਰੇ ਦਾ ਕਰਦਾ, ਜੋ ਕਿ ਆਪਣੀ ਟੀਮ ਨੂੰ ਲੈ ਕੇ ਪਹੁੰਚੇ ਨੇ ਮੇਰੇ ਕੋਲ। ਜੀ ਜੀ ਬਾਈ ਜੀ, ਤੁਸੀਂ ਗੁੰਮਨਾਮ ਦੀ ਗੱਲ ਕੀਤੀ, ਬਹੁਤ ਟਾਈਮ ਹੋ ਗਿਆ ਜਦੋਂ ਤੋਂ ਦਰਸ਼ਕਾਂ ਨੇ ਤੁਹਾਨੂੰ ਪ੍ਰਵਾਨ ਕੀਤਾ, ਹੈ ਨਾ। ਹੁਣ ਤਾਂ ਮੇਰਾ ਖਿਆਲ ਉਹ ਗੱਲਾਂ ਹੀ ਨਹੀਂ ਰਹੀਆਂ ਬਾਈ ਹੁਣਾਂ ਦਾ ਜਿਹੜਾ ਨਾਮ ਪੂਰਾ ਪੰਜਾਬੀਆਂ ਦੇ ਦਿਲਾਂ 'ਤੇ। ਹਾਂਜੀ ਹਾਂਜੀ ਵੀਰੇ, ਬਾਕੀ ਸੰਤੁਸ਼ਟੀ ਆ, ਹੌਲੀ ਹੌਲੀ ਆਪਾਂ ਨੇ ਆਪਣੀ ਮਿਹਨਤ ਕਰਨਾ ਹੈ ਅਤੇ ਲੋਕਾਂ ਨੇ ਆਪਣੇ ਦਿਲ ਦੇ ਵਿੱਚ ਜਗ੍ਹਾ ਆਪਣੀ ਆਪ ਹੌਲੀ ਹੌਲੀ ਦੇ ਹੀ ਦੇਣੀ ਆ, ਹੈ ਨਾ। ਆਪਾਂ ਲੱਗੇ ਹੋਏ ਹਾਂ, ਹਾਲੇ ਜੋ ਆਪਾਂ ਨੂੰ ਜੋ ਮੰਜ਼ਿਲ ਚਾਹੀਦੀ ਹੈ ਉਹਦੇ ਲਈ ਹਲੇ ਲੱਗੇ ਹੋਏ ਹਾਂ, ਆਪਾਂ ਪ੍ਰੋਪਰ ਨਾਮਵਾਰ ਆਪਾਂ ਸਮਝਦੇ ਨਹੀਂ ਹੈਗੇ, ਹਾਲੇ ਬਹੁਤ ਕੁਛ ਬਾਕੀ ਹੈ ਸ਼ੁਰੂਆਤ। ਜੀ ਜੀ। ਅੱਛਾ ਬਾਈ, ਤੁਹਾਡਾ ਨਾਂ ਆਰਨੇਤ, ਜਿੱਦਾਂ ਜੱਜੀ ਭਾਅ ਜੀ ਉਹਨਾਂ ਦਾ ਨਾਂ ਜੱਜੀ ਬੀ, ਬਿਲਕੁਲ, ਅਤੇ ਇਸ ਤਰ੍ਹਾਂ ਜਿਹੜੇ ਹੁਣ ਇੰਡਸਟਰੀ ਦੇ ਹਿਸਾਬ ਨਾਲ ਰੱਖੇ ਜਾ ਰਹੇ ਨਾਂ, ਉਸ ਨੂੰ ਮੁੱਖ ਰੱਖ ਕੇ ਰੱਖਿਆ ਤੁਸੀਂ ਮਸ਼ਹੂਰ ਹੋਣ ਦੇ ਕਰਕੇ, ਜਾਂ ਨਿੱਕਾ ਨਾਂ ਰੱਖਿਆ, ਜਾਂ ਕੁਛ ਨਾਂ ਦੇ ਪਿੱਛੇ ਹੋਰ ਕਾਰਨ? ਹਾਂਜੀ ਬਿੱਟੂ ਵੀਰੇ, ਪਹਿਲਾਂ ਜਿੰਨੇ ਵੀ ਇੰਟਰਵਿਊ ਹੋਈਆਂ ਨਾਮ ਵਾਲੇ ਮਸਲੇ ਨੂੰ ਲੈ ਕੇ, ਮੈਂ ਸਾਰਿਆਂ ਦੇ ਵਿੱਚ ਕਨਫਰਮ ਕੀਤਾ, ਬਿਲਕੁਲ ਚੱਕਰ 'ਚ ਪਾਉਂਦਾ, ਚੱਕਰ 'ਚ ਪਾਉਂਦਾ, ਅਤੇ ਮੇਰਾ ਨਾਮ ਸੀਗਾ ਵੀਰੇ ਨੇਤ ਰਾਮ। ਅੱਛਾ। ਹਾਂ, ਅਸੀਂ ਸ਼ਰਮੇ ਹਾਂ, ਅਤੇ ਜਦੋਂ ਚਲੋ ਸਿੰਗਿੰਗ ਲਾਈਨ ਦੀ ਗੱਲ ਚੱਲੀ, ਅੱਜ ਕੱਲ੍ਹ ਦੌਰ ਚੱਲਿਆ ਹੋਇਆ ਵੀ ਨਾਮ ਬੜਾ ਮਾਇਨੇ ਰੱਖਦਾ, ਬਿਲਕੁਲ ਸਾਰੀ ਟੀਮ ਬੈਠੀ, ਅਤੇ ਉਹਨਾਂ ਨੇ ਰਾਮ ਸੀਗਾ ਜਿਹੜਾ ਉਹਨੂੰ ਅੱਗੇ ਲਾ ਲਿਆ, ਆਰ ਕਰ ਲਿਆ, ਅਤੇ ਨੇਤ ਆਰ ਨੇਤ, ਇੱਦਾਂ ਕਰਕੇ ਥੋੜ੍ਹਾ ਚੇਂਜ ਆ ਕਰ ਲਿਆ, ਵਧੀਆ ਹੀ ਲੱਗਣ ਲੱਗਿਆ ਉਸ ਨੂੰ, ਬਾਕੀ ਲੋਕਾਂ ਨੇ ਪ੍ਰਵਾਨ ਕੀਤਾ। ਸ਼ੌਂਕ ਦੀ ਗੱਲ ਕਰੀਏ ਨਾ, ਕਿਵੇਂ ਤੁਸੀਂ ਇੱਧਰ ਆਏ, ਕੋਈ ਪਰਿਵਾਰ ਦੇ ਵਿੱਚ ਸੀ ਜਾਂ ਕੋਈ ਕਿਸੇ ਖਾਸ ਬੰਦੇ ਨੂੰ ਵੇਖ ਕੇ ਜਿੱਧਰ ਤੁਹਾਡੀ ਜਿਹੜੀ ਇੱਧਰ ਚਿਣਗ ਲੱਗੀ? ਜਿੱਥੋਂ ਤੱਕ ਸ਼ੌਂਕ ਦੀ ਗੱਲ ਹੈ ਬਿੱਟੂ ਵੀਰੇ, ਮੈਂ ਸ਼ੁਰੂ ਤੋਂ ਹੀ ਇੱਕ ਸ਼ਰਾਰਤੀ ਜਿਹਾ ਹੁੰਦਾ ਸੀਗਾ ਨਾ ਬਚਪਨ ਤੋਂ ਹੀ, ਅਤੇ ਕੁਛ ਮੇਰੇ ਜਿਹੜੇ ਬਚਪਨ ਦੇ ਯਾਰ ਮਿੱਤਰ ਹੁੰਦੇ ਸੀਗੇ, ਉਹ ਵੀ ਇੱਦਾਂ ਦੀ ਸੀਗੇ, ਮਤਲਬ ਉਹ ਕਬੱਡੀ ਖੇਡਦੇ ਹੁੰਦੇ ਸੀਗੇ, ਅਤੇ ਮੇਰਾ ਇਹ ਸ਼ੌਂਕ ਸੀਗਾ ਵੀ ਗਾਉਣਾ, ਕਿਤੇ ਸਕੂਲ ਦੇ ਵਿੱਚ 15 ਅਗਸਤ ਆਉਣੀ, 26 ਜਨਵਰੀ, ਬਸ ਐਂ ਇੱਕ ਕੀੜਾ ਹੁੰਦਾ ਸੀ ਵੀ ਇੱਥੇ ਗਾਉਣਾ ਹੀ ਗਾਉਣਾ, ਅਤੇ ਆਪਣੀ ਇੱਕ ਜਿੱਦ ਹੁੰਦੀ ਸੀ ਉਸ ਟਾਈਮ ਤੋਂ ਲੈ ਕੇ, ਸਕੂਲ ਟਾਈਮ ਤੋਂ ਲੈ ਕੇ ਮੈਂ 7ਵੀਂ 8ਵੀਂ ਤੋਂ ਮੈਂ ਸਟੇਜਾਂ ਦੇ ਉੱਤੇ ਐਂਟਰੀ ਲਾਉਂਦਾ ਆ ਰਿਹਾ, ਅਤੇ ਉਹ ਚੀਜ਼ ਅੱਜ ਚਲੋ ਰਾਸ ਆਈ ਹੈ। ਬਾਕੀ ਪਿੰਡ ਪੱਧਰ ਦੇ ਨੇੜੇ ਨੇੜੇ ਪਿੰਡਾਂ ਦੇ ਵਿੱਚ ਜਦੋਂ ਵੀ ਕੋਈ ਪ੍ਰੋਗਰਾਮ ਹੁੰਦਾ, ਮੈਨੂੰ ਪਤਾ ਲੱਗ ਜਾਂਦਾ ਵੀ ਫਲਾਣੇ ਪਿੰਡ ਦੇ ਵਿੱਚ ਕੋਈ ਕਲਾਕਾਰ ਨੇ ਆਉਣਾ, ਮੈਂ ਉੱਥੇ 2 ਘੰਟੇ ਜਾ ਕੇ ਪਹਿਲਾਂ ਹੀ ਉਹਨਾਂ ਕਲੱਬ ਵਾਲਿਆਂ ਨੂੰ ਮਿਲ ਲੈਣਾ, ਭਾਅ ਜੀ ਮੈਨੂੰ 1 ਗਾਣੇ ਦਾ ਜਾਂ 2 ਗਾਣੇ ਦਾ ਮੈਨੂੰ ਟਾਈਮ ਜ਼ਰੂਰ ਦਿਓ, ਇੱਦਾਂ ਇੱਦਾਂ ਕਰਕੇ ਚਲੋ
ਇੱਥੇ ਤੱਕ ਆਏ ਹਾਂ ਵੀਰੇ। ਅੱਛਾ ਬਾਈ, ਤੁਹਾਡਾ ਪਿੰਡ ਆ ਜਿਹੜਾ ਮੇਰਾ ਖਿਆਲ ਮਾਨਸਾ ਜ਼ਿਲ੍ਹੇ 'ਚ ਆ, ਬਿਲਕੁਲ। ਅਤੇ ਥੋੜ੍ਹਾ ਜਿਹਾ ਆਪਣੇ ਪਿਛੋਕੜ ਬਾਰੇ ਅਤੇ ਪਰਿਵਾਰ ਬਾਰੇ। ਪਰਿਵਾਰ ਬਾਰੇ ਜਿੱਥੋਂ ਤੱਕ ਗੱਲ ਹੈ, ਬਾਪੂ ਤਾਂ ਮੈਨੂੰ ਗਾਉਣ ਨੂੰ ਮਨਾ ਹੀ ਕਰਦਾ ਸੀ। ਹਾਂ ਹਾਂ, ਅਤੇ ਵੀ ਇਸ ਕੰਮ ਦੇ ਵਿੱਚ ਤੂੰ ਛੱਡ ਵੀ ਆਪਣਾ ਘਰ ਦਾ ਕੰਮ ਕਰ, ਖੇਤੀ ਕਰ, ਹੈ ਨਾ, ਟਰੈਕਟਰ ਚਲਾ। ਅਤੇ ਮੰਮੀ ਸੀ, ਚੋਰੀ ਚੋਰੀ ਮੈਨੂੰ ਭੇਜਦੀ ਰਹਿੰਦੀ ਸੀਗੀ, ਜਿਵੇਂ ਕਿਤੇ ਰਾਤ ਨੂੰ ਕੋਈ ਜਾਗਰਨ ਹੋਣਾ, ਕਿ ਮੈਂ ਭੇਟਾਂ ਬੂਟਾਂ ਵੀ ਕਰ ਲੈਂਦਾ ਸੀ ਮੌਕੇ 'ਤੇ ਤਿਆਰ, ਹੈ ਨਾ, ਜੋ ਐਂ ਹੁੰਦਾ ਸੀ। ਬਸ ਇੱਕ ਵਾਰੀ ਮੈਂ ਇੱਕ ਮਿਲ ਜਾਏ ਵੀ ਗਾਉਣਾ ਕੁਛ ਵੀ ਆਪਾਂ ਕਰ ਲੈਣਾ, ਹੈ ਨਾ, ਅਤੇ ਡਿਸਾਈਡ ਹਾਂ ਗਾਈ ਦੇਣਾ। ਮੈਨੂੰ ਮਾਤਾ ਨੇ ਚੋਰੀ ਨੂੰ ਦੇ ਦੇਣਾ 100-50 ਰੁਪਇਆ ਵੀ ਤੁਸੀਂ ਚੱਲ ਜਾ, ਚਲੋ ਮੈਂ ਤੇਰੇ ਡੈਡੀ ਨੂੰ ਕਹਿ ਦੂੰ ਵੀ ਇੱਥੇ ਕਿਸੇ ਯਾਰ ਦੋਸਤ ਨਾਲ ਖੇਤ ਗਏ ਨੇ, ਹੈ ਨਾ, ਚਲੋ ਮੈਂ ਚੱਲ ਜਾਂਦਾ ਸੀਗਾ। ਅਤੇ ਉਸ ਤੋਂ ਬਾਅਦ ਹੌਲੀ ਹੌਲੀ ਚਲੋ ਜਿੱਦਾਂ ਜਿੱਦਾਂ ਕੰਮ ਵੱਧਦਾ ਗਿਆ, ਬਾਪੂ ਨੂੰ ਵੀ ਫਿਰ ਇਜਾਜ਼ਤ ਦੇਣੀ ਪਈ ਵੀ ਹੁਣ ਹਟਦਾ ਨਹੀਂ ਹੈਗਾ, ਅਤੇ ਚਲੋ ਹੁਣ ਬਾਪੂ ਸਪੋਰਟ ਪੂਰੀ ਕਰਦਾ, ਵਧੀਆ ਗੱਲਬਾਤ ਹੈ ਨਾ ਜੀ। ਹਾਂਜੀ ਹਾਂਜੀ। ਅੱਛਾ ਬਾਈ, ਹੁਣ ਸਾਨੂੰ ਵੀ ਥੋੜ੍ਹੀ ਜਿਹੀ ਇਜਾਜ਼ਤ ਦਿਓ ਅਤੇ ਦਰਸ਼ਕਾਂ ਦੇ ਆਪਾਂ ਰੂਬਰੂ ਹੋਈਏ, ਅਤੇ 2800 ਗਾਣਾ ਜਿਹੜਾ ਤੁਹਾਡਾ ਬੜਾ ਮਕਬੂਲ ਹੋਇਆ। ਹੋ ਬਿਨਾਂ ਰਿਆਜ਼ ਤੋਂ ਪਹਿਲੇ ਕਾਲੇ 'ਤੇ ਲਾਇਆ ਨਹੀਂ ਜਾਣਾ, ਹਾਏ ਕੱਲੀ ਮਲੱਠੀ ਚੱਬ ਕੇ ਮਿਰਜ਼ਾ ਗਾਇਆ ਨਹੀਂ ਜਾਣਾ, ਉਹ ਕਹਿੰਦੀ ਨਾ ਲਿਖਿਆ ਕਰ ਗਾਣੇ ਰਹੀ ਹਟਾਉਂਦੀ ਮਿੱਤਰਾਂ ਨੂੰ, ਉਹ ਤੇਰੇ ਵੱਸਦੀ ਨਹੀਂ ਗਾਇਕੀ ਤੂੰ ਰਹੀ ਡਰਾਉਂਦੀ ਮਿੱਤਰਾਂ ਨੂੰ, ਆਓ ਪਰ ਨੀਲੀ ਛੱਤ ਵਾਲਾ ਹੀ ਜਾਣੇ ਨੀ ਬਿਲੋ ਚੰਗੇ ਮੰਦੇ ਨੂੰ, ਹਾਂ ਪਰ ਆਪਣੇ ਪੈਰਾਂ ਦਾ ਪਤਾ ਤਾਂ ਹੁੰਦਾ ਹਰ ਇੱਕ ਬੰਦੇ ਨੂੰ, ਹਾਏ ਤੈਨੂੰ ਤੇਰਾ ਵੱਡਾ ਪਣ ਖਾ ਗਿਆ ਸਾਨੂੰ ਤਾਰ ਗਈਆਂ ਯਾਰਾਂ ਦੀਆਂ ਯਾਰੀਆਂ, ਨੀ ਭਾਵੇਂ ਕਰਵਾਇਆ ਗਾਣਾ ਯਾਰਾਂ ਦਾ ਗਹਿਣੇ ਰੱਖ ਕੇ ਸਹੇਲੀਆਂ ਦੀਆਂ ਵਾਲੀਆਂ, ਹਾਏ ਤੈਥੋਂ ਸਰੀਨਾ ਵਧਾਈ ਮਰ ਜਾਣੀਏ ਨੀ ਕੰਮ ਮਸਾਂ ਕੋਈ ਕਰਿਆ ਸੀ ਚੱਜ ਦਾ, ਹਾਏ ਹੁਣ ਜਰਿਆ ਨਹੀਂ ਜਾਂਦਾ ਤੈਥੋਂ ਵੈਰ ਨੇ ਨੀ ਡੀਜੇ 'ਤੇ 2800 ਵੱਜਦਾ, ਉਹ ਚੜ੍ਹੀ ਜਵਾਨੀ ਨਾਲ ਸਰਕਾਰਾਂ ਕਰਦੀਆਂ ਕਾਲਾ ਮਾਲਾ, ਨੀ ਬੇਰੁਜ਼ਗਾਰੀ ਦੇ ਵਿੱਚ ਮਿਲ ਗਿਆ ਉਹ ਬੇਰੁਜ਼ਗਾਰੀ ਦੇ ਵਿੱਚ ਰੁਲ ਗਿਆ ਉਹ ਤੇਰਾ ਯਾਰ ਡਿਗਰੀਆਂ ਵਾਲਾ, ਹਾਏ ਕੰਨ ਲਾ ਕੇ ਮਿੱਤਰਾਂ ਦੀ ਗੱਲ ਸੁਣ ਬਿੱਲੋ ਨੀ ਮਿਲੇ ਨਾ ਪਿਆਰੂ ਉੱਤੋਂ 2800 ਦੀ ਕਿਲੋ ਨੀ, ਦੱਸ ਲਵਾਂ ਮੈਂ ਸਹਾਰਾ ਕਾਸਦਾ ਮੁੰਡਾ ਬੇਰੁਜ਼ਗਾਰ ਚੱਲਦਾ ਹੈ ਨੀ ਕਿਤੇ ਛੱਡਦੀ ਨਾ ਕਹਿ ਕੇ ਅਮਲੀ, ਹਾਏ ਤੇਰਾ ਕਾੜਾ ਤਿਆਰ ਚੱਲਦਾ ਹੋ। ਕਿਆ ਬਾਤ ਹੈ ਬਾਈ, ਇਹ ਤੁਸੀਂ ਇਸ ਗਾਣੇ ਨਾਲ ਨਾ ਇੱਕ ਨਵੀਂ ਚੀਜ਼ ਸੈੱਟ ਕੀਤੀ ਨਹੀਂ, ਜ਼ਿਆਦਾਤਰ ਜਿਹੜੇ ਗਾਣੇ ਹੈਗੇ ਉਹ ਥੋੜ੍ਹਾ ਜਿਹਾ ਹੋਰ ਪਾਸੇ ਹੁੰਦੇ ਆ, ਜਿਸ ਤਰ੍ਹਾਂ ਜਿਵੇਂ ਦਾਰੂ ਦੀ ਗੱਲ ਕਰਦੇ ਆ ਜਾਂ ਕੁਛ ਹੋਰ, ਪਰ ਜਿਹੜਾ ਕਾਰਡ ਵਾਲਾ ਮਾਮਲਾ ਤੁਸੀਂ ਪਹਿਲੀ ਵਾਰੀ ਲੈ ਕੇ ਆਉਂਦੇ। ਅਸਲ ਜਦੋਂ ਮੈਂ ਗਾਣਾ ਵੀਰੇ ਕੀਤਾ ਸੀ ਬਿੱਟੂ, ਮੈਨੂੰ ਵੀ ਇਹ ਲੱਗਿਆ ਸੀ ਵੀ ਸ਼ਾਇਦ ਕੰਮ ਗਲਤ ਹੋਣਾ, ਮੁੱਦੇ ਉੱਠਣਗੇ ਇਹਦੇ, ਹੈ ਨਾ, ਪਰ ਉਹ ਕੁਦਰਤੀ ਉਸ ਗਾਣੇ ਦਾ ਜਿਹੜਾ ਵੀਡੀਓ ਕਨਸੈਪਟ ਸੀਗਾ ਉਹ ਇਸ ਤਰੀਕੇ ਨਾਲ ਸ਼ੂਟ ਕੀਤਾ ਗਿਆ ਸੀਗਾ ਵੀ ਉਹ ਇੱਕ ਪਰਿਵਾਰਕ ਮਸਲੇ ਨਾਲ ਗੱਲ ਜੋੜਤੀ ਸੀਗੀ, ਇਹ ਤੁਸੀਂ ਹਾਂ ਬਿਲਕੁਲ ਬਿਲਕੁਲ, ਹੁਣ ਲੋਕਾਂ ਨੇ ਫਿਰ ਉਹਨੂੰ ਇਹੋ ਜਿਹੇ ਤਰੀਕੇ ਨਾਲ ਮਤਲਬ ਐਕਸੈਪਟ ਕੀਤਾ, ਮੈਨੂੰ ਬੜੀ ਖੁਸ਼ੀ ਹੁੰਦੀ ਹੈ। ਇੱਕ ਵਾਰੀ ਕਿਸੇ ਨਿਊਜ਼ ਚੈਨਲ ਵੱਲੋਂ ਕੋਈ ਉੱਥੇ ਨੈਗੇਟਿਵ ਜਿਹਾ ਲਿਖ ਕੇ ਵੀ ਇੱਕ ਵਾਰੀ ਨਿਊਜ਼ ਲੱਗੀ ਸੀ ਵੀ ਇਹ ਕੀ ਮੈਸੇਜ ਦੇਣਾ ਚਾਹੁੰਦੇ ਆ, ਉੱਥੋਂ ਫਿਰ ਮੈਂ ਜਦੋਂ ਲੋਕਾਂ ਦੇ ਕਮੈਂਟ ਪੜ੍ਹੇ ਮੈਨੂੰ ਬੜਾ ਸਕੂਨ ਮਿਲਿਆ, ਕਿਉਂ ਲੋਕ ਸੱਚ ਦੇ ਨਾਲ ਹਮੇਸ਼ਾ ਖੜ੍ਹਦੇ ਆ। ਜੇ ਆਪਣੇ ਮੈਂ ਇੱਕ ਗੱਲ ਨੋਟ ਕਰਦਾ ਹੁੰਦਾ ਵੀ ਜਦੋਂ ਜਵਾਨੀ ਨਸ਼ੇ 'ਤੇ ਲੱਗਦੀ ਹੈ, ਨਸ਼ੇ 'ਤੇ ਉਦੋਂ ਲੱਗਦੀ ਜਦੋਂ ਬੇਰੁਜ਼ਗਾਰੀ ਹੁੰਦੀ ਹੈ, ਜਿੱਦਾਂ ਆਪਾਂ ਆਮ ਸੁਣਨ ਦੇ ਵਿੱਚ ਮਿਲਦਾ ਵੀ ਵਿਹਲਾ ਮਨ ਸ਼ੈਤਾਨ ਦਾ ਘਰ, ਜਦੋਂ ਬੰਦਾ 24 ਘੰਟੇ ਆਪਣੇ ਸਵੇਰੇ 6 ਤੋਂ ਲੈ ਕੇ 8 ਵਜੇ ਸ਼ਾਮ ਨੂੰ ਘਰੇ ਆਉਂਦਾ, ਕੰਮ ਦੇ ਵਿੱਚ ਬਿਜ਼ੀ ਰਹੂ, ਨਸ਼ੇ ਬਾਰੇ ਸੋਚਣ ਦਾ ਉਹਨੂੰ ਟਾਈਮ ਹੀ ਨਹੀਂ ਮਿਲੂ, ਫਿਰ ਕਿਉਂ ਇੱਦਾਂ ਰਾਈਟਰ ਲਿਖਣਗੇ ਅਤੇ ਕਿਉਂ ਗਾਉਣਗੇ। ਇਹ ਗਾਣਾ ਲੋਕਾਂ ਨੇ ਵਧੀਆ ਕਨਸੈਪਟ। ਅੱਛਾ ਅਨਿਤ ਬਾਈ, ਇਹ ਗਾਣੇ ਦਾ ਜਿਹੜਾ ਇਹ ਤੁਹਾਨੂੰ ਗਾਣਾ ਕਦੋਂ ਲਿਖਿਆ ਸੀ ਅਤੇ ਕਿਵੇਂ ਇਹਦੀ ਰਿਕਾਰਡਿੰਗ ਦਾ ਸਬੱਬ ਬਣਿਆ? ਮੈਂ ਵੀਰੇ ਜਦੋਂ ਮੈਂ ਕਿਤੇ ਪਿੰਡਾਂ ਦੇ ਵਿੱਚ ਪ੍ਰੋਗਰਾਮ ਹੁੰਦੇ ਸੀ, ਮੈਂ ਉੱਥਾਂ ਜਦੋਂ ਕੋਈ ਨੋਰਮਲ ਗੱਲਬਾਤ ਨੋਰਮਲ ਗਾਣੇ ਗਾਉਂਦਾ ਸੀਗਾ ਤਾਂ ਠੀਕ ਠੀਕ ਲੋਕ ਖੜ ਕੇ ਸੁਣਦੇ ਸੀ, ਪਰ ਮੈਂ ਜਦੋਂ ਆਹ ਗਾਣਾ ਗਾਉਂਦਾ ਸੀਗਾ ਲੋਕਾਂ ਦੀਆਂ ਕਲਾਕਾਰੀਆਂ ਉੱਠਦੀਆਂ ਸੀਗੀਆਂ, ਹੈ ਨਾ। ਫਿਰ ਮੈਂ ਅਕਸਰ ਹੀ ਹਰ ਇੱਕ ਆਰਟਿਸਟ ਦਾ ਇੱਕ ਨੇਚਰ ਹੁੰਦਾ ਵੀ ਜੋ ਚੀਜ਼ ਲੋਕਾਂ ਨੂੰ ਪਸੰਦ ਆਉਂਦੀ ਵੀ ਉਹੀ ਕਰਨੀ ਚਾਹੀਦੀ, ਹੈ ਨਾ, ਅਤੇ ਮੈਂ ਚਲੋ ਇਹਦਾ ਗਾਣੇ ਦੀ 27 ਅੰਤਰਾ ਤਿਆਰ ਕਰਕੇ ਮੈਨੂੰ ਪੈ ਵੀ ਆ ਵੀਰ ਆਪਣਾ ਭਰਾ ਨਾਲ ਹੀ ਰਹਿੰਦਾ ਮੇਰੇ ਉੱਥੇ ਚੰਡੀਗੜ੍ਹ, ਮੈਂ ਬਾਈ ਨੂੰ ਸੈਂਡ ਕੀਤੀ। ਇੱਕ ਵਾਰੀ ਤਾਂ ਬਾਈ ਵੀ ਹੱਸਿਆ, ਕਹਿੰਦਾ ਬਾਈ ਗਾਣਾ ਸੋਹਣਾ, ਹੈ ਨਾ, ਅਤੇ ਉਹ ਹੱਸਿਆ ਵੀ, ਉਹਨੂੰ ਇੰਨਾ ਵੀ ਪਤਾ ਸੀ ਵੀ ਗਾਣਾ ਚੱਲੂ, ਅਤੇ ਬਾਕੀ ਹੱਸਿਆ ਵੀ ਇੱਦਾਂ ਹੱਸਿਆ ਵੀ ਅਲੱਗ ਜਿਹੀ ਚੀਜ਼ ਲਿਖੀ ਹੋਈ ਹੈ, ਕਿੱਥੋਂ ਇਹਦੇ ਆਈਡੀਆ ਕਿੱਥੋਂ ਆਇਆ ਮਾਇੰਡ ਦੇ ਵਿੱਚ। ਚਲੋ ਅਸੀਂ ਆਡੀਓ ਕੀਤਾ ਪਹਿਲਾਂ, ਸਾਨੂੰ ਅਸੀਂ ਆਡੀਓ ਰਿਲੀਜ਼ ਕਰਾਂਗੇ, ਅਤੇ ਅਸੀਂ ਕੀ ਕਰਨੀ ਆਡੀਓ ਰਿਲੀਜ਼ ਸੀ, ਜਦੋਂ ਗਾਣੇ ਦਾ ਰਿਸਪੋਂਸ ਚੰਗਾ ਮਿਲਿਆ ਤਾਂ ਸਾਨੂੰ 1 ਮਹੀਨੇ ਬਾਅਦ ਅਸੀਂ ਵੀਡੀਓ ਦਿੱਤੀ। ਹਾਂਜੀ ਹਾਂਜੀ। ਅੱਛਾ ਵੀਰੇ, ਤੁਹਾਡੇ ਗਾਣੇ ਤੋਂ ਬਾਅਦ ਹੁਣ ਤੁਹਾਡੇ ਹੋਰ ਵੀ ਜਿਹੜੇ ਗਾਣੇ ਆਏ ਨੇ, ਤੁਹਾਨੂੰ ਵਧੀਆ ਦਰਸ਼ਕਾਂ ਦਾ ਪਿਆਰ ਮਿਲ ਰਿਹਾ, ਹੁਣ ਮਾਪਿਆਂ ਦਾ ਕੀ ਆ, ਪਰਿਵਾਰ ਦਾ ਕੀ ਸਹਿਯੋਗ ਆ?
ਹੁਣ ਵਧੀਆ ਫੀਲ ਕਰਦੇ ਨੇ ਹੁਣ ਜਦੋਂ 15-20 ਦਿਨਾਂ ਬਾਅਦ ਗੇੜਾ ਪਿੰਡ ਲੱਗਦਾ ਵਧੀਆ ਇੰਤਜ਼ਾਰ ਕਰਦੇ ਨੇ ਚੰਗੇ ਤਰੀਕੇ ਨਾਲ ਵੀ ਕਦੋਂ ਆਉਣਾ ਹਾਂ ਬਿਲਕੁਲ ਜੀ ਬਿਲਕੁਲ ਬਿਲਕੁਲ ਬਾਈ ਤੁਹਾਡਾ ਜਿਹੜਾ ਪਿੰਡ ਆ ਉਹ ਮਾਨਸਾ ਜ਼ਿਲ੍ਹੇ 'ਚ ਪੰਜਾਬ ਦੇ ਮਲਵਈ ਖਿੱਤੇ ਨਾਲ ਤੁਸੀਂ ਸੰਬੰਧ ਰੱਖਦੇ ਹੋ ਹਾਂਜੀ ਵੀਰੇ ਅਤੇ ਵਿੱਦਿਆ ਵਗੈਰਾ ਦਾ ਤੁਹਾਡਾ ਕੀ ਉਸੇ ਏਰੀਏ 'ਚ ਤੁਸੀਂ ਹਾਸਲ ਕੀਤੀ ਜਾਂ ਇਸ ਚੰਡੀਗੜ੍ਹ ਆ ਕੇ ਤੁਸੀਂ ਅੱਗੇ ਜਾਰੀ ਰੱਖ ਰਹੇ ਹੋ ਨਹੀਂ ਨਹੀਂ ਮੈਂ ਉੱਥੇ ਮੈਂ ਆਪਣੇ ਏਰੀਏ 'ਚ ਹੀ ਪੜ੍ਹਿਆ ਸੀਗਾ ਮੈਂ ਬਰੇਠੇ ਮੰਡੀ ਸਕੂਲ ਪਲੱਸ ਟੂ ਉੱਥੋਂ ਤੱਕ ਕੀਤੀ ਫਿਰ ਗੁਰੂ ਨਾਨਕ ਕਾਲਜ ਦੇ ਵਿੱਚ ਬੀ ਏ ਕਰਨ ਲੱਗਿਆ ਸੀਗਾ ਮੈਂ ਪੜ੍ਹਿਆ ਉੱਧਰ ਹੀ ਸੀ ਜਿਹੜਾ ਤੁਸੀਂ ਗੀਤ ਗਾਉਂਦੇ ਹੋ ਹੈ ਨਾ ਤੁਸੀਂ ਖੁਦ ਹੀ ਲਿਖਦੇ ਹੋ ਅਤੇ ਖੁਦ ਹੀ ਗਾਉਣ ਦਾ ਕੰਮ ਕਰਦੇ ਬਿਲਕੁਲ ਜੀ ਕਿੰਨਾ ਕੁ ਵਿਸ਼ਵਾਸ ਹੁੰਦਾ ਨਹੀਂ ਅੱਜ ਕੱਲ੍ਹ ਆਪਾਂ ਵੇਖਦੇ ਹਾਂ ਕਿ ਜਦੋਂ ਆਪਾਂ ਇੰਡਸਟਰੀ ਦੇ ਵਿੱਚ ਆਉਂਦੇ ਹਾਂ ਕਿ ਯਾਰ ਗੀਤ ਆਪਾਂ ਫਲਾਣੇ ਗੀਤਕਾਰ ਤੋਂ ਲੈਣਾ ਗਾਣਾ ਕਿਸੇ ਮਕਬੂਲ ਬੰਦੇ ਤੋਂ ਗਾਣਾ ਲੈ ਕੇ ਜਿਹੜਾ ਗਾਈਏ ਤਾਂ ਹਿੱਟ ਹੋ ਜੂਗਾ ਚੱਲ ਜੂਗਾ ਰਿਸਕ ਨਹੀਂ ਤੁਹਾਨੂੰ ਅਸਲ ਨਾ ਹੀ ਨਵੇਂ ਮੁੰਡੇ ਹੋਰ ਵੀ ਬਹੁਤ ਲਿਖਦੇ ਨੇ ਵਧੀਆ ਲਿਖਦੇ ਨੇ ਅਸਲ ਜੋ ਰਾਈਟਰ ਦਿਲੋਂ ਲਿਖਦਾ ਨਾ ਜਦੋਂ ਉਹਨੇ ਕੋਈ ਗੱਲਬਾਤ ਲਿਖ ਲਈ ਉਹਦੇ ਮਾਇੰਡ ਦੇ ਵਿੱਚ ਨਾ ਇੱਕ ਉਸ ਆਰਟਿਸਟ ਦੀ ਜਿਹੜੀ ਇਮੇਜ ਹੈ ਕੁਦਰਤੀ ਕ੍ਰੀਏਟ ਹੋ ਜਾਂਦੀ ਹੈ ਉਹਨੂੰ ਜਦੋਂ ਗਾਣਾ ਲਿਖਦਾ ਨਾ ਉਹਨੂੰ ਇਹ ਲੱਗਦਾ ਵੀ ਇਹ ਗਾਣਾ ਉਹਦੇ ਲਈ ਬਣੇ ਜੋ ਗਾਦੇ ਨਾ ਗਾਣਾ ਹਿੱਟ ਹੋ ਜਾਣਾ ਹੈ ਨਾ ਪਰ ਕਈ ਵਾਰੀ ਉਹਦੀ ਸੋਚ ਦੇ ਮੁਤਾਬਕ ਖਰਾ ਨਹੀਂ ਉਤਰਿਆ ਜਾਂਦਾ ਅਤੇ ਇੱਦਾਂ ਹੀ ਜਦੋਂ ਮੈਂ ਕੋਈ ਚੀਜ਼ ਲਿਖਦਾ ਮੈਨੂੰ ਆਪਣੇ ਆਪ 'ਤੇ ਹੁੰਦਾ ਵਿਸ਼ਵਾਸ ਵੀ ਇਹਨੇ ਜਿੱਥੋਂ ਕੁ ਤੱਕ ਅਪਰੋਚ ਲੋਕਾਂ ਤੱਕ ਕਰਨੀ ਹੈ ਨਾ ਇੱਕ ਮੈਂ ਉਹ ਗਾਣਾ ਗਾਇਆ ਸੀਗਾ ਫੀਲਿੰਗਾਂ 'ਚ ਜਹਾਜ਼ ਲੈ ਕੇ ਸੁਣਿਆ ਉੱਦਾਂ ਕਾਲਜ ਦੇ ਵਿੱਚ ਗਾਇਆ ਸੀਗਾ ਉਹ ਕਾਫ਼ੀ ਵਾਇਰਲ ਹੋਇਆ ਉਹਦਾ ਮੇਰੇ ਖਿਆਲ 24-25 ਲੱਖ 2.5 ਮਿਲੀਅਨ ਵਿਊ ਹੋ ਗਏ ਉਹਦੇ ਅਤੇ ਇੱਕ ਪਿੱਛੇ ਮੈਂ ਜਿੰਮ ਦੇ ਵਿੱਚ ਗੋਪੀ ਸਰਪੰਚ ਵੀਰੇ ਨਾਲ ਖੜ ਕੇ ਵੀਡੀਓ ਪਾਈ ਸੀ ਹਾਂ ਉਹ ਵੀ 2 ਮਿਲੀਅਨ ਤੋਂ ਕ੍ਰੋਸ ਕਰ ਗਈ ਮਹੀਨੇ ਦੇ ਵਿੱਚ ਵਿੱਚ ਹੀ ਇੱਦਾਂ ਮਤਲਬ ਜੋ ਚੰਗੀਆਂ ਗੱਲਾਂ ਲੋਕ ਐਕਸੈਪਟ ਕਰਦੇ ਨੇ ਜ਼ਰੂਰ ਪਸੰਦ ਕਰਦੇ ਨੇ ਅਤੇ ਬਈ ਤੁਸੀਂ ਹੁਣ ਇਸ ਟਾਈਮ ਪੰਜਾਬੀ ਇੰਡਸਟਰੀ ਦੇ ਵਿੱਚ ਆਪਣੇ ਜਿਹੜੇ ਰੰਗ ਲੈ ਕੇ ਆ ਰਹੇ ਹੋ ਹਾਂਜੀ ਹਾਂਜੀ ਇਹ ਤੁਸੀਂ ਬਾਈ ਗਿੱਪੀ ਗਰੇਵਾਲ ਹੋਣਾ ਦੀ ਸਪੋਰਟ ਨਾਲ ਜਿਹੜਾ ਤੁਸੀਂ ਆ ਰਹੇ ਹੋ ਬਿਲਕੁਲ ਦੱਸੋ ਉਹਨਾਂ ਨਾਲ ਕਿਵੇਂ ਤੁਹਾਡਾ ਰਾਬਤਾ ਜਿਹੜਾ ਗੋਪੀ ਸਰਪੰਚ ਵੀ ਦਾ ਜੱਗੀ ਟੋੜੇ ਵੀਰ ਨੂੰ ਤੁਸੀਂ ਜਾਣਦੇ ਹੋ ਸਾਰੇ ਹੈ ਨਾ ਉਹ ਕਿਸੇ ਜਾਣ ਪਛਾਣ ਦੇ ਮਹਤਾਜ ਨਹੀਂ ਅਤੇ ਉਹਨਾਂ ਨਾਲ ਵਧੀਆ ਪਿਆਰ ਸੀਗਾ ਅਸੀਂ ਇਕੱਠੇ ਰਹਿੰਦੇ ਹੁੰਦੇ ਸੀਗੇ ਚੰਡੀਗੜ੍ਹ ਜੱਗੀ ਟੋੜਾ ਵੀਰ ਪੰਤ ਬਾਈ ਹੋ ਗਿਆ ਅਤੇ ਗੋਪੀ ਵੀਰਾ ਵਧੀਆ ਫਰੈਂਡ ਸੀਗਾ ਜੱਗੀ ਟੋੜੇ ਵੀਰੇ ਦਾ ਅਤੇ ਗੋਪੀ ਬਾਈ ਨੇ ਜੱਗੀ ਨੂੰ ਬੁਲਾਇਆ ਕਹਿੰਦੇ ਆਪਾਂ ਮਿਲਣਾ ਵੀ ਕਾਫੀ ਟਾਈਮ ਹੋ ਗਿਆ ਚਲੋ ਜੱਗੀ ਮੈਨੂੰ ਕਹਿੰਦਾ ਕਹਿੰਦਾ ਵੀ ਨਹੀਂ ਤਾਂ ਤੂੰ ਤਿਆਰ ਹੋ ਗਿਆ ਆਪਾਂ ਗੋਪੀ ਵੀਰੇ ਕੋਲ ਚੱਲ ਕੇ ਆਉਣਾ ਚਲੋ ਆਪਾਂ ਨੂੰ ਵੀ ਖੁਸ਼ੀ ਹੋਈ ਵੀ ਆਪਾਂ ਮਿਲਣਾ ਹੈ ਨਾ ਗੋਪੀ ਬਾਈ ਨੂੰ ਵੀ ਜੱਗੀ ਦੇ ਬਹਾਨੇ ਮਿਲਾਂਗੇ ਅਤੇ ਚਲੋ ਬਾਈ ਕੋਲ ਗਏ ਜੱਗੀ ਨੇ ਮੇਰੇ ਬਾਰੇ ਦੱਸਿਆ ਜਦੋਂ ਗੋਪੀ ਵੀਰੇ ਨੂੰ ਕਹਿੰਦੇ ਵੀ ਇਹ ਮੁੰਡਾ ਆਰਨੇ ਤਾਂ ਪਿੱਛੇ ਜੇ ਗਾਣਾ ਆਇਆ ਸੀ 2800 ਉਹ ਗਾਣਾ ਸਭ ਨੇ ਸੁਣਿਆ ਹੋਇਆ ਅਤੇ ਬਾਈ ਨੇ ਜਦੋਂ ਗੋਪੀ ਵੀਰੇ ਨੇ ਕਿਹਾ ਵੀ ਉਹ ਤੇਰਾ ਕਾਰਡਾਂ ਦਾ ਯਾਰ ਚੱਲਣਾ ਮੈਂ ਕਹਿੰਦਾ ਮੈਂ ਹਾਂਜੀ ਵੀਰੇ ਅਤੇ ਬਾਈ ਨੇ ਕਿਹਾ ਕਹਿੰਦਾ ਕਹਿੰਦਾ ਅਸੀਂ ਬਹੁਤ ਸੁਣਿਆ ਵੀ ਗਾਣਾ ਯਾਰ ਵੀ ਸੋਹਣਾ ਸੀ ਹੈ ਨਾ ਅਤੇ ਉਸ ਤੋਂ ਬਾਅਦ ਗੱਲ ਕਰਦੇ ਕਰਦੇ ਗੋਪੀ ਵੀਰਾ ਕਹਿਣ ਲੱਗਾ ਵੀ ਸੁਣਾ ਕੁਛ ਫਿਰ ਅਸੀਂ ਤਕਰੀਬਨ ਉੱਥੇ 1.5 ਘੰਟਾ ਮੈਂ ਗਾਈ ਗਿਆ ਅਤੇ ਬਾਈ ਨੂੰ ਉਸ ਦਿਨ ਤੋਂ ਗੱਲਬਾਤ ਚਲੋ ਜੱਜ ਗਈ ਕੋਈ ਉਹਨਾਂ ਨੂੰ ਲੱਗਿਆ ਵੀ ਹੈਲਪ ਕਰਨੀ ਚਾਹੀਦੀ ਹੈ ਨਾ ਅਤੇ ਉਸ ਤੋਂ ਬਾਅਦ ਆਪਣੀ ਗੱਲਬਾਤ ਗਿੱਪੀ ਵੀਰੇ ਨਾਲ ਉਹਨਾਂ ਨੇ ਕੀਤੀ ਬਾਈ ਨੇ ਉਧਰੋਂ ਕੰਪਨੀ ਵੀ ਲਾਂਚ ਕਰਨੀ ਸੀਗੀ ਹੰਬਲ ਮਿਊਜ਼ਿਕ ਦੇ ਵਿੱਚੋਂ ਚਲੋ ਉਸ ਤੋਂ ਬਾਅਦ ਆਪਣੀ ਗੱਲਬਾਤ ਸੈੱਟ ਹੋ ਗਈ ਸੀ ਵੀਰੇ ਹੁਣ ਆਪਣਾ ਸਾਰਾ ਤਕਰੀਬਨ ਜਿੰਨਾ ਵੀ ਕੰਮ ਆਉਣਾ ਗਿੱਪੀ ਵੀਰੇ ਨਹੀਂ ਕਰਨਾ ਅਤੇ ਹੰਬਲ ਦੇ ਵਿੱਚੋਂ ਆਉਣਾ ਅਤੇ ਇਹਦੇ ਵਿੱਚ ਤੁਹਾਨੂੰ ਕੀ ਕੋਈ ਖਾਸ ਸਮੇਂ ਦੀ ਪਾਬੰਦੀ ਆ ਜਾਂ ਕੀ ਹਿਸਾਬ ਕਿਤਾਬ ਤੁਹਾਡਾ ਉਹਨਾਂ ਦਾ ਐਡਜਸਟਮੈਂਟ ਦਾ ਸਮੇਂ ਦੀ ਸਭ ਤੋਂ ਵੱਡੀ ਗੱਲ ਤਾਂ ਵੀ ਗਿੱਪੀ ਵੀਰੇ ਨਾਲ ਮੇਰਾ ਨਾਮ ਜੁੜਨਾ ਬਹੁਤ ਵੱਡੀ ਗੱਲ ਹੈ ਨਾ ਉੱਥੇ ਵੀ ਮੈਂ ਸਮੇਂ ਦੀ ਗੱਲ ਤਾਂ ਕਰੂੰਗੀ ਨਹੀਂ ਹੈ ਨਾ ਵੀ ਮੇਰਾ ਕਿੰਨੇ ਕੁ ਟਾਈਮ ਨਾਲ ਬਸ ਇਹਨਾਂ ਨਾਲ ਕੰਮ ਚੱਲੇ ਮੈਂ ਤਾਂ ਕਹਿੰਦਾ ਵੀ ਇੰਨਾ ਕੁ ਪਿਆਰ ਜ਼ਿਆਦਾ ਬਣੇ ਰਹੇ ਵੀ ਯਾਰ ਮੈਨੂੰ ਬਹੁਤ ਵੱਡਾ ਹੌਂਸਲਾ ਜਦੋਂ ਬਾਈ ਦਾ ਨਾਮ ਮੇਰੇ ਨਾਲ ਜੁੜਦਾ ਹੈ ਨਾ ਮੈਨੂੰ ਮੈਂ ਹੁਣ ਜਦੋਂ ਛੋਟੇ ਹੁੰਦੇ ਬਾਈ ਦੇ ਗਾਣੇ ਸੁਣਦੇ ਹੁੰਦੇ ਸੀ ਕਦੇ ਮੈਂ ਸੋਚਿਆ ਵੀ ਨਹੀਂ ਸੀ ਵੀ ਅੱਜ ਗਿੱਪੀ ਬਾਈ ਨੂੰ ਵੀ ਮਿਲਾਂਗੇ ਜਾਂ ਖੁਦ ਕੰਮ ਕਰਨਾ ਤਾਂ ਬਹੁਤ ਵੱਡੀ ਗੱਲ ਹੈ ਮੇਰੇ ਲਈ ਇੱਕ ਮੈਂ ਤੁਹਾਨੂੰ ਅਸਲੀਅਤ ਦੱਸਦਾ ਗਿੱਪੀ ਵੀਰੇ ਦੀ ਮੂਵੀ ਆਉਣੀ ਸੀ ਮੰਜੇ ਵਿਸਤਰੇ ਪ੍ਰਮੋਸ਼ਨਾਂ ਚੱਲ ਰਹੀਆਂ ਸੀਗੀਆਂ ਇਹ ਪਟਿਆਲੇ ਪ੍ਰਮੋਸ਼ਨ ਸੀਗੀ ਮੈਂ ਉਦੋਂ ਯੂਨੀਵਰਸਿਟੀ ਸੀਗਾ ਅਤੇ ਮੈਨੂੰ ਪਤਾ ਚੱਲਿਆ ਵੀ ਅੱਜ ਇੱਥੇ ਮੰਜੇ ਬਿਸਤਰੇ ਦੀ ਪ੍ਰਮੋਸ਼ਨ ਕਰਨ ਆਉਣਾ ਗਿੱਪੀ ਵੀਰੇ ਨੇ ਮੈਂ ਵੀ ਉੱਥੇ ਰੈਡੀ ਹੋ ਕੇ ਮੈਂ ਕਿਹਾ ਚਲੋ ਉੱਥੇ ਗਾਵਾਂਗੇ ਪਰ ਉੱਥੇ ਆਲਰੇਡੀ ਜਿਹਨਾਂ ਨੇ ਉਹਨਾਂ ਨੇ ਉੱਥੇ ਅਰੇਂਜਮੈਂਟ ਕੀਤਾ ਸੀ ਉਹਨਾਂ ਦੇ ਆਪਣੇ ਆਰਟਿਸਟ ਕੀਤੇ ਹੋਏ ਹੁੰਦੇ ਉੱਥੇ ਟਾਈਮ ਦੀ ਸੈਟਿੰਗ ਨਹੀਂ ਆਈ ਇੱਕ ਵਾਰੀ ਬੰਦਾ ਮਨ ਜਦੋਂ ਹੁੰਦਾ ਸਾਈਡ ਜਾ ਵੀ ਮੈਨੂੰ ਗਾਉਣ ਦਾ ਮੌਕਾ ਨਹੀਂ ਮਿਲਿਆ ਚਲੋ ਜਿਵੇਂ ਕਹਿੰਦੇ ਵੀ ਪਰਮਾਤਮਾ ਦੇ ਘਰੇ ਦੇ ਰਿਹਾ ਨੇਰ ਨਹੀਂ ਟਾਈਮ ਲੰਘਿਆ ਤਾਂ ਜਦੋਂ 4-5 ਮਹੀਨੇ 4 ਮਹੀਨੇ ਹੋਏ ਸੀ ਉਦੋਂ ਜਦੋਂ ਜਗੀਰਦਾਰ ਗਾਣਾ ਸ਼ੂਟ ਕੀਤਾ ਜਦੋਂ ਖੁਦ ਗਿੱਪੀ ਬਾਈ ਸ਼ੂਟ ਕਰ ਰਹੀ ਸੀ ਮੇਰੇ ਮਨ ਨੂੰ ਬਹੁਤ ਵੱਡਾ ਸਕੂਨ ਅਤੇ ਇੱਕ ਖੁਸ਼ੀ ਮਿਲ ਰਹੀ ਸੀ ਵੀ ਅੱਜ ਤੋਂ 4 ਮਹੀਨੇ ਪਹਿਲਾਂ ਮੈਂ ਐਂ ਸੋਚਦਾ ਵੀ ਬਾਈ ਗਾਉਣਾ ਅੱਜ ਵੀ ਬਾਈ ਖੁਦ ਗਾਣਾ ਸ਼ੂਟ ਕਰ ਰਿਹਾ ਮੇਰੇ ਲਈ ਬਹੁਤ ਵੱਡੀ ਗੱਲ ਸੀ ਅਤੇ ਬਹੁਤ ਬੜੀ ਖੁਸ਼ੀ ਮਿਲੀ ਅਤੇ ਬਾਈ ਜਿਸ ਤਰ੍ਹਾਂ ਤੁਸੀਂ ਪਿੱਛੇ ਜੇ ਤੁਹਾਡਾ ਜਿਹੜਾ ਗਾਣਾ ਰਿਕਾਰਡ ਤੋੜਦਾ ਹੈ ਨਾ ਅੱਜ ਕੱਲ੍ਹ ਦਾ ਮੁੰਡਾ ਬਾਕੀ ਤੁਸੀਂ ਰਿਕਾਰਡ ਤੋੜਨ ਵਾਲੀ ਗੱਲ ਕਰ ਰਹੇ ਥੈਂਕ ਯੂ ਵੀਰੇ ਅਤੇ ਆਪਾਂ ਉਹ ਗਾਣੇ ਦੀ ਵੀ ਗੱਲ ਕਰਾਂਗੇ ਉਸ ਤੋਂ ਪਹਿਲਾਂ ਉਹ ਗਾਣਾ ਥੋੜ੍ਹਾ ਜਿਹੜਾ ਦਰਸ਼ਕਾਂ ਦੇ ਆਪਾਂ ਰੂਬਰੂ ਕਰੀਏ ਹਾਂਜੀ ਹਾਂਜੀ ਉਹ ਗਾਣੇ ਦੀ ਵਾਰਡਿੰਗ ਸੀ ਵੀਰੇ ਗਾਣਾ ਮੈਨੂੰ ਖੁਦ ਨੂੰ ਪਰਸਨਲੀ ਬਹੁਤ ਸੋਹਣਾ ਲੱਗਦਾ ਕਿਉਂਕਿ ਗੱਲਾਂ ਸੋਹਣੀਆਂ ਖਰੀਆਂ ਖਰੀਆਂ ਜਿਹੀਆਂ ਪਾਈਆਂ ਸੀ ਕਹਿੰਦਾ
ਫੋਕਰੇ ਨਾ ਕੁੜੀਏ ਨੀ ਬੰਦਿਆਂ ਖਰੇ ਸਾਡੀਆਂ ਹੋਣੀ ਨੀ ਸਮਝ ਤੇਰੀ ਸੋਚ ਤੋਂ ਪਰੇ ਹਾਏ ਫੋਕਰੇ ਨਾ ਕੁੜੀਏ ਨੀ ਬੰਦਿਆਂ ਖਰੇ ਸਾਡੀਆਂ ਹੋਣੀ ਨੀ ਸਮਝ ਤੇਰੀ ਸੋਚ ਤੋਂ ਪਰੇ ਉਹ ਦਿੰਨੀ ਆ ਡਰਾਬੇ ਹੋ ਜੂ ਕਿਸੇ ਹੋਰ ਦੀ ਨੀ ਹਾਲ ਚੱਕ ਮੈਂ ਵੀ ਤੇਰਾ ਛੱਲਾ ਮੋੜਦਾ ਉਹ ਤੂੰ ਤਾਂ ਫਿਰੇ ਮਿੱਤਰਾਂ ਦਾ ਦਿਲ ਤੋੜਦੀ ਨੀ ਤੇਰਾ ਯਾਰ ਫਿਰੇ ਲੋਕਾਂ ਦੇ ਰਿਕਾਰਡ ਤੋੜਦਾ ਹਾਏ ਤੂੰ ਤਾਂ ਫਿਰੇ ਮਿੱਤਰਾਂ ਦਾ ਦਿਲ ਤੋੜਦੀ ਨੀ ਤੇਰਾ ਯਾਰ ਫਿਰੇ ਲੋਕਾਂ ਦੇ ਰਿਕਾਰਡ ਤੋੜਦਾ ਥੈਂਕ ਯੂ ਵੀਰੇ ਅਰਨਿਤ ਵੀਰੇ ਰਿਕਾਰਡ ਤੋੜਦਾ ਨੇ ਬਾਕੀ ਤੁਹਾਡੇ ਜਿਹੜੇ ਪਿਛਲੇ ਗਾਣਿਆਂ ਨੂੰ ਲੈ ਕੇ ਵੇਖੀਏ ਚਾਹੇ ਤੁਹਾਡੇ ਹੈ ਨਾ ਮਕਬੂਲੀਅਤ ਨੂੰ ਵੇਖੀਏ ਤੁਹਾਡੇ ਸਾਰੇ ਰਿਕਾਰਡ ਇਹ ਗਾਣੇ ਨੇ ਤੋੜੇ ਜਿਸ ਤੱਕ ਇਹਦੇ ਸ਼ਬਦਾਂ ਦੀ ਗੱਲ ਹੈ ਬੜੇ ਜੋਸ਼ੀਲੇ ਸ਼ਬਦ ਹੈ ਨਾ ਬੰਦੇ ਵਿੱਚ ਜਾਨ ਭਰਨ ਵਾਲੀ ਤੇ ਮਿਊਜ਼ਿਕ ਵੀ ਉਸ ਤੋਂ ਕਿਤੇ ਵੱਧ ਕੇ ਆ ਆਪਾਂ ਮਿਊਜ਼ਿਕ ਬਾਰੇ ਦੱਸੋ ਤੁਸੀਂ ਕਿੰਨਾ ਨੇ ਕੀਤਾ ਤੇ ਕਿਹੜੀ ਕੰਪਨੀ ਰਾਹੀਂ ਰਿਲੀਜ਼ ਹੋਇਆ ਮਿਊਜ਼ਿਕ ਕੀਤਾ ਸੀ ਮੁੰਡਾ ਐਫਸੀ ਸਿੰਘ ਲੁਧਿਆਣੇ ਤੋਂ ਹਾਂ ਉਹਨੇ ਕੀਤਾ ਸੀ ਤੇ ਇਹ ਗਾਣਾ ਨਿਗਾਜ ਰਿਕਾਰਡ ਜਦੋਂ ਹੋਇਆ ਸੀਗਾ ਰਿਲੀਜ਼ ਅਰਮਿਤ ਭਾਈ ਨੇ ਕੀਤਾ ਸੀਗਾ ਪਟਿਆਲੇ ਤੋਂ ਉਹਨਾਂ ਨਾਲ ਵੀ ਆਪਣਾ ਵਧੀਆ ਪਿਆਰ ਆ ਉਹਨਾਂ ਨੇ ਕੀਤਾ ਸੀ ਸੋ ਗਾਣੇ ਦਾ ਰਿਸਪੋਂਸ ਵਧੀਆ ਚੰਗਾ ਰਿਹਾ ਅੱਛਾ ਰਿਹਾ ਹਾਂਜੀ ਵੀਡੀਓ ਸ਼ੂਟ ਜਿਹੜਾ ਵੀਡੀਓ ਸ਼ੂਟ ਕੀਤਾ ਸੀ ਸੰਜੋਤ ਰੰਧਾਵਾ ਹਾਂਜੀ ਹਾਂਜੀ ਤੇ ਵੀਰੇ ਤੁਸੀਂ ਜ਼ਿੰਦਗੀ ਦੇ ਵਿੱਚ ਜਦੋਂ ਇਸ ਫੀਲਡ ਦੇ ਵਿੱਚ ਆਏ ਉਸ ਸਮੇਂ ਕਿੰਨੀਆਂ ਕੁ ਮੁਸ਼ਕਲਾਂ ਜਿਹੜੀਆਂ ਸੀ ਸਾਹਮਣੇ ਕਿੰਨਾ ਕੁ ਭਵਿੱਖ ਆ ਜਿਹੜਾ ਉਹ ਸ਼ਾਨਦਾਰ ਦੀਂਦਾ ਸੀ ਵੀ ਹਾਂ ਅਰਨਿਤ ਯਾਰ ਬਣ ਜਾਣੀ ਹੈ ਗੱਲ ਅਸਲ ਨਾਲ ਜਦੋਂ ਵੀਰੇ ਕਿਤੇ ਇਹ ਲਾਈਨ ਇੱਦਾਂ ਦੀ ਹੈ ਕਈ ਵਾਰੀ ਤਾਂ ਬੰਦਾ ਖੁਸ਼ ਇੰਨਾ ਕੁ ਹੁੰਦਾ ਵੀ ਆਉਂਦਾ ਬਸ ਪਹੁੰਚ ਗਿਆ ਆਪਾਂ ਮੰਜ਼ਿਲ ਦੇ ਹੈ ਨਾ ਬਣ ਗਈ ਗੱਲ ਕਈ ਵਾਰੀ ਇੰਨਾ ਕੁ ਵੀ ਟੁੱਟ ਜਾਂਦਾ ਐਂ ਲੱਗਦਾ ਵੀ ਪਤਾ ਨਹੀਂ ਕਿੰਨੀ ਦੂਰ ਪਈ ਆ ਹੈ ਨਾ ਵੀ ਚੱਲਦੇ ਰਹਿਣਾ ਚਲੋ ਇਹੀ ਚੰਗੀ ਗੱਲ ਹੁੰਦੀ ਹੈ ਇਹਦੇ 'ਚ ਬਾਕੀ ਮੈਂ ਜਦੋਂ ਕਿਤੇ ਲਾਈਵ ਸਟੇਜ ਦੇ ਉੱਤੋਂ ਗਾ ਕੇ ਉਤਰਦਾ ਸੀਗਾ ਮਗਰ ਲੋਕਾਂ ਦਾ ਹਜੂਮ ਵੇਖਦਾ ਸੀ ਹੈ ਨਾ ਵੀ ਫੋਟੋਆਂ ਕਰਾਉਣੀਆਂ ਨੇ ਹੈ ਨਾ ਵੀ ਸਿਰਾ ਤਾਂ ਆਪਾਂ ਆਮ ਗੱਲਾਂ ਨਹੀਂ ਸੁਣਦੇ ਹੈ ਨਾ ਜਦੋਂ ਲੋਕਾਂ ਨੂੰ ਕੁਛ ਚੰਗਾ ਲੱਗਦਾ ਉਦੋਂ ਹੀ ਦਿਲੋਂ ਆਵਾਜ਼ ਨਿਕਲਦੀ ਹੁੰਦੀ ਆ ਫਿਰ ਉਦੋਂ ਮੈਨੂੰ ਹੱਲਾਸ਼ੇਰੀ ਮਿਲਦੀ ਸੀ ਖੁਸ਼ੀ ਮਿਲਦੀ ਸੀ ਵੀ ਕਿਤੇ ਨਾ ਕਿਤੇ ਕੁਛ ਨਾ ਲੋਕਾਂ ਨੂੰ ਆਪਣੇ 'ਚ ਦਿਸਦਾ ਹੈ ਨਾ ਇਸ ਕਰਕੇ ਉਹਨਾਂ ਦੀ ਹੌਸਲੇ ਆਪਾਂ ਲੱਗੇ ਹੋਏ ਹਾਂ ਬਾਕੀ ਮੈਂ ਅਕਸਰ ਹੀ ਮੈਸੇਜ ਦੇਣ ਦੇ ਚਲੋ ਕਾਬਲ ਹੈ ਨਹੀਂ ਪਰ ਜਿੱਥੋਂ ਤੱਕ ਮੇਰੀ ਸੋਚ ਆ ਸਮਝ ਆ ਕਿਉਂਕਿ ਹੁਣ ਪੰਜਾਬ ਦੇ ਵਿੱਚ ਕਲਾਕਾਰਾਂ ਦੀ ਭੀੜ ਬਹੁਤ ਵੱਧ ਗਈ ਬਿਲਕੁਲ ਬਿਲਕੁਲ ਕੋਈ ਸ਼ੱਕ ਤੇ ਹੁਣ ਆਪਾਂ ਇਹ ਨਹੀਂ ਇਹ ਆਪਾਂ ਨੂੰ ਖੁਦ ਨੂੰ ਅੰਦਾਜ਼ਾ ਨਹੀਂ ਵੀ ਪਤਾ ਨਹੀਂ ਕਿਹਨੇ ਹਿੱਟ ਹੋ ਜਾਣਾ ਕਈ ਵਾਰੀ ਤਾਂ ਬੜੇ ਮਿਹਨਤ ਕਰਨ ਵਾਲੇ ਬੰਦੇ ਆ ਉਹ ਗੁਮਨਾਮ ਬੈਠੇ ਆ ਹੈ ਨਾ ਉਹਨਾਂ ਦਾ ਪਤਾ ਵੀ ਨਹੀਂ ਚੱਲਦਾ ਕਈ ਵਾਰੀ ਇਹ ਆ ਵੀ ਰਾਤੋ ਰਾਤ ਸਟਾਰ ਵੀ ਹੋਏ ਆ ਹੈ ਨਾ ਤੇ ਇੱਕ ਮੈਂ ਗਾਣਾ ਲਿਖਿਆ ਸੀ ਜੋ ਸੱਚਾਈ ਸੀਗੀ ਤੇ ਮੈਂ ਉਹ ਪੇਜ ਦੇ ਪਿੱਛੇ ਜਿਹੇ ਪਾਇਆ ਸੀ ਮੈਂ ਤੁਹਾਡੇ ਨਾਲ ਸਾਂਝਾ ਕਰ ਦਾਂਗਾ ਨਾ ਉਹ ਮੁੰਡਾ ਕਹਿੰਦਾ ਆਪਣੇ ਬਾਪੂ ਨੂੰ ਨਾ ਡਰ ਮੰਨੀ ਬੇਰੁਜ਼ਗਾਰੀ ਦਾ ਹੈ ਮੈਨੂੰ ਵਾਜਾ ਕੇਰਾ ਲੈ ਲੈਣ ਦੇ ਆ ਕੰਮ ਕਿਤੇ ਨਹੀਂ ਗਿਆ ਕਲਾਕਾਰੀ ਦਾ ਨਾਲੇ ਨਾਮ ਸੁਣੀ ਨਾਲੇ ਨੋਟ ਗਿਣੀ ਬਸ ਕਿੱਲਾ ਕੁ ਪੜਨੇ ਪਾ ਬਾਪੂ ਸਾਹ ਕਿਸੇ ਤੋਂ ਹੀ ਲੱਗਦਾ ਏ ਹੁਣ ਜ਼ਿਆਦਾ ਲੱਗਦੇ ਦਾ ਬਾਪੂ ਸਾਹ ਕਿਸੇ ਤੋਂ ਹੀ ਲੱਗਦਾ ਏ ਹੁਣ ਜ਼ਿਆਦਾ ਲੱਗਦੇ ਦਾ ਬਾਪੂ ਆ ਕੱਲਾ ਪੈਸੇ ਦੇ ਜ਼ੋਰ ਤੇ ਹਿੱਟ ਹੋ ਕੇ ਉਹ ਪੈਸੇ ਦੇ ਜ਼ੋਰ ਤੇ ਹਿੱਟ ਹੋ ਕੇ ਆਹ ਤਖਤ ਦਿਲਾਂ ਦੇ ਮਲਦੇ ਨਹੀਂ ਲਾਣੇਦਾਰਾ ਇੰਜਣ ਡਿਸਪੋਜਲ ਦੇ ਵਾਲਾ ਲੌਂਗ ਟਾਈਮ ਲਈ ਚੱਲਦੇ ਨਹੀਂ ਹਾਏ ਕੰਨਾਂ ਤੋਂ ਚੰਗਾ ਕੰਨਾਂ ਤੋਂ ਮਾੜਾ ਤੇਰਾ ਆਰਨਿਤ ਵੀ ਲੈਂਦਾ ਹੈਗਾ ਬਾਪੂ ਸਾ ਕਿਸੇ ਤੋਂ ਹੀ ਲੱਗਦਾ ਏ ਹੁਣ ਜ਼ਿਆਦਾ ਲੱਗਦੇ ਦਾ ਬਾਪੂ ਇਹ ਗਾਣਾ ਮੈਂ ਦਿਨੋਂ ਲਿਖਿਆ ਸੀਗਾ ਬਿਲਕੁਲ ਬਾਈ ਤੁਹਾਡੀ ਕਲਮ ਹੈ ਜਿਹੜੀ ਥੋੜੀ ਜਿਹੀ ਗੁਮਰਾਹ ਨਾ ਕਰੋ ਕਿਉਂ ਆਪਾਂ ਨੇ ਵੀ ਸਟਰਗਲ ਕੀਤਾ ਹੋਇਆ ਮੈਂ ਉਹਨਾਂ ਨੂੰ ਸਹੀ ਸਲਾਹ ਦਿੰਦਾ ਮੈਂ ਪਹਿਲਾਂ ਵੀਰੇ ਲਾਈਵ ਗਾ ਲੈਂਦੇ ਹੋ ਤੁਸੀਂ ਅੱਗੋਂ ਜਿੱਦਾਂ ਕਹਿੰਦੇ ਹਾਂ ਵੀਰੇ ਮੈਂ ਗਾ ਲੈਣਾ ਤਾਂ ਮੈਂ ਕਹਿੰਦਾ ਵੀਰੇ ਮਿਹਨਤ ਕਰੋ ਚੰਗੀ ਗੱਲ ਹਨਾ ਵੀ ਇੱਥੋਂ ਕਿ ਹੋਰ ਕੋਈ ਇਨਕਮ ਨਹੀਂ ਹੋਣੀ ਜੇ ਅਗਰ ਆਪਾਂ ਨੂੰ ਲਾਈਵ ਗਾਉਣਾ ਆਉਂਦਾ ਤਾਂ ਇਨਕਮ ਹੋਣੀ ਨਹੀਂ ਉੱਦਾਂ ਕੀ ਫਾਇਦਾ ਘਰ ਦੇ ਮਤਲਬ ਪੈਸਿਆਂ ਨਾਲ ਖਿਲਵਾੜ ਕਰਨੀ ਲੋਟ ਨਹੀਂ ਹੈਗਾ ਹਨਾ ਵੀ ਜੋ ਕੰਮ ਹੈਗਾ ਆਪਾਂ ਉਹ ਤੋਂ ਵੀ ਜਾਵਾਂਗੇ ਇਹ ਮੇਰਾ ਮੈਸੇਜ ਹੀ ਹੈ ਬਸ ਇੱਕ ਅਤੇ ਬਾਕੀ ਵੀਰੇ ਕਰੀ ਜਾਂਦੇ ਹਾਂ ਮਿਹਨਤ ਹਾਲੇ ਆਪਣੇ ਆਪ ਨੂੰ ਵੀ ਮੈਂ ਕੋਈ ਬੜਾ ਵੱਡਾ ਉਹ ਨਹੀਂ ਸਮਝਦਾ ਹਨਾ ਜੋ ਜਿੰਨੀ ਕੁ ਮੇਰੀ ਸੋਚ ਕੰਮ ਕਰਦੀ ਹੈ ਮੈਂ ਸਾਂਝੀ ਜ਼ਰੂਰ ਕਰਦਾ ਹੁਣ ਭਾਈ ਜਦੋਂ ਤੁਸੀਂ ਗਾਣਾ ਲੈ ਕੇ ਆਉਂਦੇ ਹੋ ਹਨਾ ਲਿਖ ਲੈਂਦੇ ਹੋ ਉਸ ਤੋਂ ਬਾਅਦ ਤੁਸੀਂ ਜਦੋਂ ਉਹਨੂੰ ਰਿਕਾਰਡ ਕਰਨ ਤੱਕ ਵੀਡੀਓ ਤੱਕ ਲੈ ਕੇ ਆਉਂਦੇ ਹੋ ਹਾਂਜੀ ਅਤੇ ਕਿਹੜੇ ਕਿਹੜੇ ਬੇਲੀ ਨੇ ਕਿੰਨਾ ਕਿੰਨਾ ਸੱਜਣਾਂ ਦੀ ਜਿਹੜੀ ਰਾਇ ਲਈ ਜਾਂਦੀ ਹੈ ਅਤੇ ਉਸ ਤੋਂ ਬਾਅਦ ਉਹ ਗਾਣਾ ਪਾਸ ਹੁੰਦਾ ਅਸਲ ਤਾਂ ਨਾ ਵੀਰੇ ਜੇ ਮੈਂ ਨਾਵਾਂ ਦੀ ਗੱਲ ਕਰਾਂ ਮੇਰਾ ਗਰੁੱਪ ਬਹੁਤ ਵੱਡਾ ਮੈਂ ਸਿੰਗਿੰਗ ਲਾਈਨ ਦੇ ਵਿੱਚ ਆਈ ਤਾਂ ਮੇਰੇ ਫਰੈਂਡ ਸਰਕਲ ਜਿਹੜਾ ਮੇਰਾ ਬਹੁਤ ਲੰਮਾ ਚੌੜਾ ਹਾਂ ਹੱਲਾਸ਼ੇਰੀ ਵਾਲੇ ਜਿਹੜੇ ਮਤਲਬ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਸਾਰੇ ਹੈ ਨਾ ਅੱਜ ਤੱਕ ਉਹਨਾਂ ਦੀ ਬਦੌਲਤ ਮੈਂ ਇੱਥੋਂ ਤੱਕ ਆਇਆ ਚਲੋ ਉਸ ਤੋਂ ਬਾਅਦ ਕਿਉਂ ਮੈਂ ਇੱਕੋ ਹੀ ਗੱਲ ਕਹਿੰਦਾ ਹੁੰਦਾ ਹਮੇਸ਼ਾ
ਜਦੋਂ ਵੀ ਆਪਣੀ ਗਿੱਪੀ ਵੀਰੇ ਨਾਲ ਮੁਲਾਕਾਤ ਹੋਈ ਸੀ ਉਦੋਂ ਵੀ ਸਾਰੀਆਂ ਗੱਲਾਂ ਬਾਤਾਂ ਕਰਨ ਵੇਲੇ ਸਾਰੇ ਮੇਰੇ ਪੁਰਾਣੇ ਭਰਾ ਸੀ ਉਹ ਨਾਲ ਸੀਗੇ। ਹਾਂ, ਕਿਉਂਕਿ ਮੈਂ ਉਹਨਾਂ ਦਾ ਇਹ ਅਹਿਸਾਨ ਕਦੇ ਵੀ ਨਹੀਂ ਭੁੱਲੂਗਾ ਵੀ ਅੱਜ ਜੇ ਗਿੱਪੀ ਬਾਈ ਦੀ ਮੈਂ ਨਿਗਾਹ ਦੇ ਵਿੱਚ ਹੋਇਆ ਤਾਂ ਉਹਨਾਂ ਨੇ ਉਸ ਨਿਗਾਹ ਤੱਕ ਪਹੁੰਚਾਇਆ। ਸ਼ਾਇਦ ਜੇ ਉਹਨਾਂ ਨੇ ਮੈਨੂੰ ਸਪੋਰਟ ਨਾ ਕੀਤੀ ਹੁੰਦੀ ਗਿੱਪੀ ਵੀਰੇ ਨੂੰ ਵੀ ਸ਼ਾਇਦ ਨਾ ਪਤਾ ਲੱਗਦਾ ਵੀ ਅਰਨੀਤ ਕੌਣ ਕਿੱਥੇ ਰਹਿੰਦਾ ਹੈ ਨਾ, ਵੀ ਵੱਡਾ ਯੋਗਦਾਨ ਉਹਨਾਂ ਦਾ ਬਹੁਤ ਆ। ਅੱਛਾ, ਗਿੱਪੀ ਬਾਈ ਹੁਣੀ ਤੁਹਾਡੇ ਨਾਲ ਅਕਸਰ ਜਦੋਂ ਗੱਲਬਾਤ ਹੁੰਦੀ ਉਹ ਕਿੰਨੀ ਕੁ ਉਮੀਦ ਕਰਦੇ ਨੇ ਵੀ ਯਾਰ ਅਰਨੀਤ ਆਪਾਂ ਆਹ ਚੀਜ਼ਾਂ ਤੁਹਾਡੇ ਤੋਂ ਲੈ ਕੇ ਖਵਾਹਿਸ਼ ਉਹਨਾਂ ਦੀ ਵੀ ਆਹ ਅਰਨੀਤ ਆਹ ਕਰੇ ਆਹ ਕਰੇ ਇੱਦਾਂ। ਗਿੱਪੀ ਵੀਰੇ ਦੇ ਗਾਣੇ ਦਾ ਸ਼ੂਟ ਚੱਲ ਰਿਹਾ ਸੀ, ਮੈਨੂੰ ਅੱਜ ਵੀ ਗੱਲ ਯਾਦ ਆ, ਅਸੀਂ ਇਕੱਠੇ ਬੈਂਟੀ ਦੇ ਵਿੱਚ ਮੈਂ ਵੀਰੇ ਕੋਲ ਬੈਠਾ ਸੀਗਾ, ਬਾਈ ਨੇ ਇੱਕ ਗੱਲ ਕਹੀ, ਕਹਿੰਦਾ ਉਹਨਾਂ ਸਮਿਆਂ ਦੇ ਵਿੱਚ ਵੀ ਸ਼ਾਇਦ ਜੇ ਕੋਈ ਮੈਨੂੰ ਸਪੋਰਟ ਕਰਨ ਵਾਲਾ ਮਿਲ ਜਾਂਦਾ ਮੈਂ ਬਹੁਤ ਛੇਤੀ ਸਟਾਰ ਹੋ ਜਾਣਾ ਸੀਗਾ, ਸਟਾਰ ਤਾਂ ਆਲਰੇਡੀ ਵੀਰਾ ਹੈਗੇ ਆ। ਅਤੇ ਹਾਂ, ਮੈਨੂੰ ਉਹ ਗੱਲ ਬੜੀ ਵਧੀਆ ਲੱਗੀ, ਕਹਿੰਦਾ ਵੀ ਯਾਰ ਵੀ ਕਹਿੰਦਾ ਵੀ ਇੱਕ ਗੱਲ ਉਹਨੇ ਕਹੀ ਵੀ ਆਰਨੀਤ ਜੋ ਇੱਧਰ ਵੀ ਟੈਲੈਂਟ ਹੈਗਾ ਹੈ ਨਾ, ਵੀ ਮੈਨੂੰ ਬਹੁਤ ਚੰਗਾ ਲੱਗਿਆ ਵੀ ਆਪਾਂ ਉਸ ਪੱਧਰ ਤੱਕ ਲੈ ਕੇ ਜਾਵਾਂ, ਮੈਨੂੰ ਵੀ ਪਤਾ ਵੀ ਆਪਾਂ ਇੱਕ ਚੰਗੀ ਟੀਮ ਨਾਲ ਜੁੜੇ ਹੋਏ ਆਪਣਾ ਹੌਂਸਲਾ ਹੈ ਨਾ, ਪਰ ਉਹਨਾਂ ਦੀ ਗੱਲ ਮੈਨੂੰ ਬੜੀ ਵਧੀਆ ਲੱਗੀ ਵੀ ਇੱਕ ਜਦੋਂ ਕੋਈ ਸਪੋਰਟ ਕਰਨ ਵਾਲਾ ਬੰਦੇ ਮਿਲ ਜਾਣ ਉਹਨੂੰ ਸਟਾਰ ਹੋਣਾ ਜਾਂ ਹਿੱਟ ਹੋਣਾ ਕੋਈ ਵਾਲਾ ਔਖਾ ਨਹੀਂ ਹੁੰਦਾ, ਹੋ ਜਾਣਾ ਹੁੰਦਾ, ਪਰ ਜਦੋਂ ਇਕੱਲਾ ਬੰਦਾ ਸਟਰਗਲ ਕਰਦਾ ਇਕੱਲੇ ਬੰਦੇ ਨੂੰ ਇਸ ਮੁਕਾਮ 'ਤੇ ਪਹੁੰਚਣਾ ਬੜਾ ਔਖਾ। ਹਾਂਜੀ ਹਾਂਜੀ। ਅਤੇ ਬਾਈ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਇਕੱਲੇ ਬੰਦੇ ਨੂੰ ਬਹੁਤ ਔਖਾ, ਹੁਣ ਤੁਹਾਡੇ ਨਾਲ ਟੀਮ ਹੈ ਬਾਈ ਗਿੱਪੀ ਗਰੇਵਾਲ ਹੁਣੀ, ਬਿਲਕੁਲ ਜੀ ਬਿਲਕੁਲ, ਪੂਰੀ ਯਾਰ ਬੇਲੀ ਨਹੀਂ। ਹਾਂਜੀ ਹਾਂਜੀ। ਫਿਰ ਵੀ ਕੋਈ ਅਜਿਹੀ ਸਮੱਸਿਆ ਜਿਹੜੀ ਫਿਲਹਾਲ ਵੀ ਯਾਰ ਬਈ ਕਦੇ ਕਦੇ ਦਿੱਕਤ ਆ ਜਾਂਦੀ ਹੈ ਪਰ ਇੰਡਸਟਰੀ ਦੇ ਵਿੱਚ ਡਟੇ ਰਹਿਣਾ? ਅਸਲ ਨਾਲ ਆਪਣਾ ਕੰਮ ਕਰਦੇ ਰਹਿਣਾ ਹੀ ਸਭ ਤੋਂ ਵੱਡੀ ਵਧੀਆ ਗੱਲ ਹੈ। ਉੱਦਾਂ ਤਾਂ ਆਪਾਂ ਗੁਰਬਾਣੀ ਦੇ ਵਿੱਚ ਵੀ ਪੜ੍ਹਦੇ ਨਾਨਕ ਦੁਖੀਆ ਸਭ ਸੰਸਾਰ, ਖੁਸ਼ ਤਾਂ ਕੋਈ ਵੀ ਨਹੀਂ ਹੁੰਦਾ ਹੈ ਨਾ, ਅਤੇ ਸੰਤੁਸ਼ਟੀ ਹੈ ਵੀ ਆਪਣਾ ਮਿਹਨਤ ਕਰੋ, ਸਭ ਤੋਂ ਵੱਡੀ ਗੱਲ ਤਾਂ ਮਿਹਨਤ ਹੀ ਆਪਣਾ ਕਰਮ ਹੈ। ਅਗਰ ਆਪਾਂ ਮਿਹਨਤ ਨਾ ਕਰਾਂ ਇੱਕ ਕਮਰੇ 'ਚ ਬੈਠੇ ਹੋਏ ਵੀ ਯਾਰ ਗੱਲ ਨਹੀਂ ਬਣੀ ਆਉਂਦੀ ਉਹ ਮੰਜ਼ਿਲ 'ਤੇ ਨਹੀਂ ਪਹੁੰਚੇ ਉੱਦਾਂ ਆਪਾਂ ਰੋਈ ਜਾਵਾਂਗੇ ਉਹਦਾ ਤਾਂ ਕੋਈ ਫਾਇਦਾ ਨਹੀਂ। ਜੋ ਆਪਾਂ ਨੇ ਕੀਤਾ ਹੋਇਆ ਜਿੱਥੇ ਜਿਹੜੇ ਕੰਮ ਲਈ ਆਪਾਂ ਪ੍ਰੋਪਰ ਤਿਆਰ ਹਾਂ ਆਪਾਂ ਉਹਦੇ ਉਸ ਮੰਜ਼ਿਲ ਤੱਕ ਪਹੁੰਚ ਹੀ ਜਾਣਾ, ਜਦੋਂ ਆਪਾਂ ਨੇ ਆਪਣੇ ਪੈਰਾਂ 'ਤੇ ਆਪਾਂ ਨੂੰ ਮਾਣ ਹੈ ਵੀ ਆਪਣੇ ਆਪਾਂ ਭਾਰ ਚੱਲ ਰਹੇ ਹਾਂ ਤਾਂ ਹੋ ਹੀ ਜਾਣਾ ਕੰਮ ਡਰ। ਹਾਂਜੀ ਬਾਈ, ਤੁਹਾਡੀ ਜਿਹੜੀ ਆਵਾਜ਼ ਹੈ ਜਿੱਦਾਂ ਤੁਸੀਂ ਗਾਉਂਦੇ ਹੋ ਅਤੇ ਤੁਹਾਡੀ ਲੇਖਣੀ ਹੈ, ਦੋਨੇ ਚੀਜ਼ਾਂ 'ਤੇ ਇੱਕ ਚੀਜ਼ ਬੜੀ ਵਧੀਆ ਤੁਹਾਡੇ 'ਤੇ ਫਿੱਟ ਪੈਂਦੀ ਹੈ ਕਿ ਤੁਸੀਂ ਜਿਵੇਂ ਦੁਗਾਣਾ ਗਾਉਣ ਲਈ ਬਣੇ ਹੁੰਦੇ ਹੋ ਹੈ ਨਾ, ਤੁਹਾਡੀ ਆਵਾਜ਼ ਉਹ ਚੀਜ਼ ਨੂੰ ਸ਼ੂਟ ਕਰਦੀ ਹੈ। ਹਾਂਜੀ ਹਾਂਜੀ, ਪਰ ਵੀਰੇ ਮੈਂ ਨਾ ਕਦੇ ਸੋਚਿਆ ਨਹੀਂ ਸੀ ਵੀ ਦੁਗਾਣਾ ਵੀ ਗਾਉਣਾ ਆਪਾਂ ਨੇ ਹੈ ਨਾ, ਅਤੇ ਜਿਹੜਾ ਗਾਣਾ ਆਪਣਾ ਜਗੀਰਦਾਰ ਆਇਆ ਸੀਗਾ ਅਤੇ ਜਗੀਰਦਾਰ ਦੀ ਗੱਲ ਉਹ ਇਹ ਗਾਣਾ ਸੀਗਾ ਸਿੰਗਲ, ਅਤੇ ਗਿੱਪੀ ਵੀਰਾ ਮੈਨੂੰ ਲੱਗ ਗਿਆ ਕਹਿਣਾ ਨਹੀਂ ਤਾਂ ਕਹਿੰਦਾ ਕੋਈ ਡਿਊਟ ਸੌਂਗ ਨਹੀਂ ਹੈਗਾ ਤੇਰੇ ਕੋਲ, ਮੈਂ ਇਸ ਗਾਣੇ ਨਾਲ ਹੀ ਲੱਗ ਗਿਆ ਖੇਡਣ, ਇਹ ਡਿਊਟ ਬਣ ਗਿਆ। ਹਾਂ, ਬਸ ਨਾਲ ਇੱਕ ਜਿਹੜੀ ਕੁੜੀ ਦੇ ਵਰਡ ਸੀਗੇ ਉਹ ਨਾਲ ਅਟੈਚ ਕਰਤੇ, ਇਹ ਇੱਦਾਂ ਡਿਊਟ ਬਣਿਆ। ਫਿਰ ਇਹ ਜਦੋਂ ਗਾਣਾ ਬਣ ਗਿਆ ਮੈਨੂੰ ਬੜੀ ਖੁਸ਼ੀ ਹੋਈ, ਫਿਰ ਮੈਨੂੰ ਗਾਣਾ ਔਰ ਫਾਈਨਲ ਰਿਕਾਰਡਿੰਗ ਹੋਣ ਤੋਂ ਬਾਅਦ ਮੈਨੂੰ ਲੱਗਿਆ ਵੀ ਆਪਾਂ ਡਿਊਟ ਵੀ ਗਾਤਾ। ਹਾਂ, ਅਤੇ ਭਵਿੱਖ ਦੇ ਵਿੱਚ ਮੇਨ ਕੀ ਹੋਊਗਾ ਵੀ ਯਾਰ ਗਾਣੇ ਇੱਦਾਂ ਦੇ ਕਰਨੇ, ਕੁਛ ਤਾਂ ਤੁਹਾਡੇ ਮਨ ਦਾ ਚੱਲੂਗਾ ਨਾ ਕਿਉਂਕਿ ਕਲਮ ਵੀ ਤੁਹਾਡੀ ਆ, ਕਿਹੜੀ ਚੀਜ਼ ਨੂੰ ਮੁੱਖ ਰੱਖ ਕੇ ਜਿਵੇਂ ਅੱਜ ਕੱਲ੍ਹ ਆਪਾਂ ਵੇਖਦੇ ਯਾਰ ਹਥਿਆਰਾਂ ਵਾਲੇ ਗਾਣੇ ਵੱਡੀ ਪ੍ਰੋਬਲਮ ਆਮ ਲੋਕਾਂ ਨੂੰ ਇਹ ਚੀਜ਼ ਤੋਂ ਆ, ਅਤੇ ਤੁਸੀਂ ਉਹ ਚੀਜ਼ 'ਚ ਕਿੰਨਾ ਕੁ ਸਾਥ ਦਿਓਗੇ? ਅਸਲ ਨਾਲ ਮੇਰਾ ਸ਼ੁਰੂ ਤੋਂ ਵੀ ਨੇਚਰ ਇਹ ਰਿਹਾ ਵੀ ਯਾਰ ਲੋਕ ਜੇ ਜਗ੍ਹਾ ਦੇਣ ਤਾਂ ਇੱਕ ਚੰਗੀ ਗੱਲ ਨੂੰ ਸੁਣ ਕੇ ਦੇਣ ਤਾਂ ਬਹੁਤ ਵਧੀਆ ਗੱਲ ਹੈ ਹੈ ਨਾ, ਅਸਲ ਕਲਾਕਾਰਾਂ ਦਾ ਵੀ ਵੀਰੇ ਕਸੂਰ ਨਹੀਂ ਹੈਗਾ। ਹੁਣ ਕਈ ਵਾਰੀ ਹਥਿਆਰਾਂ ਨੂੰ ਲੋਕ ਲਾਇਕ ਕਰਦੇ ਇਹੋ ਜਿਹੀਆਂ ਗੱਲਾਂ ਨੂੰ ਵੀ ਚੱਕਵੀਂ ਗੱਲਬਾਤ ਹੋਵੇ, ਪਰ ਮੈਂ ਇਹ ਗੱਲ ਨਹੀਂ ਕਹਿ ਸਕਦਾ ਕਿ ਮੈਂ ਜਦੋਂ ਵੀ ਆਪਣੇ ਪੇਜ ਦੇ ਉੱਤੋਂ ਲਾਈਵ ਹੁੰਦਾ ਤਾਂ ਮੈਂ ਜਦੋਂ ਵੀ ਕੋਈ ਮੈਸੇਜ ਦੇਣ ਵਾਲੀ ਕੋਈ ਗੱਲਬਾਤ ਪਾਉਣਾ ਜੋ ਜਿਹੇ ਜਾਂ ਮੈਂ ਲਿਖਦਾ ਹੈ ਨਾ ਲੋਕਾਂ ਦੇ, ਮੈਂ ਜਦੋਂ ਕਮੈਂਟ ਪੜ੍ਹਦਾ ਮੈਨੂੰ ਬੜਾ ਮਤਲਬ ਖੁਸ਼ੀ ਮਿਲਦੀ ਉਹਨਾਂ ਨੂੰ ਪੜ੍ਹ ਕੇ। ਬਾਕੀ ਮੇਰਾ ਤਾਂ ਨੇਚਰ ਇਹ ਵੀ ਜਿਵੇਂ ਮੈਂ ਲਿਖਦਾ ਵੀ ਸ਼ਾਇਦ ਇਹਨਾਂ ਗੱਲਾਂ ਦੇ ਜੇ ਮੁੱਲ ਪੈ ਜੇ ਵੀ ਮੈਨੂੰ ਬੜੀ ਸੰਤੁਸ਼ਟੀ ਹੋਣੀ ਹੈ, ਇਹਨਾਂ ਗੱਲਾਂ ਨੂੰ ਗਾ ਕੇ ਸਵਾਦ ਹੁੰਦਾ। ਇਹ ਗੱਲਾਂ ਕਦੇ ਪੁਰਾਣੀਆਂ ਨਹੀਂ ਹੁੰਦੀਆਂ ਜਿਹੜੀਆਂ ਮਤਲਬ ਇੱਦਾਂ ਜਿਹੜੀ ਗੱਲ ਦੇ ਵਿੱਚ ਕੋਈ ਦਮ ਹੁੰਦਾ ਵੀ ਕੋਈ ਖਰੀ ਜਿਹੀ ਗੱਲਬਾਤ ਹੁੰਦੀ ਹੈ ਜਿਵੇਂ ਆਹ ਸਾ ਕਿਸੇ ਤੋਂ ਲੱਗਦਾ ਹੈ, ਕਾਫੀ ਗੱਲਾਂ। ਇੱਕ ਮੈਂ ਗਾਣਾ ਪਾਇਆ ਸੀਗਾ ਉਹ ਪਿੱਛੇ ਜਿਹਨੂੰ 2 ਮਿਲੀਅਨ ਵਿਊ ਹੋਏ ਸੀਗਾ ਹੁਣੀ, ਜਿੰਮ ਦੇ ਵਿੱਚ ਵੀਡੀਓ ਪਾਈ ਸੀਗਾ ਜਿਹੜੀ ਤੇਰੇ ਉੱਤੇ ਆਈ ਪੁੱਤਰ, ਇਹ ਸਾਡੇ 'ਤੇ ਵੀ ਆਈ ਸੀ ਕਦੇ ਹੈ ਨਾ, ਇੱਕ ਬਜ਼ੁਰਗ ਦੀ ਗੱਲਬਾਤ ਵੀ ਜਿਹੜੀਆਂ ਦਮਦਾਰ ਗੱਲਾਂ ਨੇ ਉਹ ਲੌਂਗ ਟਾਈਮ ਲਈ ਪੈਰ ਲਾਉਂਦੀਆਂ ਨੇ ਇੰਡਸਟਰੀ ਦੇ ਵਿੱਚ। ਹਾਂਜੀ ਬਾਈ ਜੀ, ਜਿਸ ਤਰ੍ਹਾਂ ਤੁਹਾਡੇ ਹੁਣ 2 ਜਿਹੜੇ ਮਕਬੂਲੀਅਤ, ਤੁਸੀਂ 2 ਗੁਣ ਨੇ ਤੁਹਾਡੇ ਮੇਨ ਚੱਲ ਰਹੇ ਨੇ ਬਰਾਬਰ ਬਰਾਬਰ ਜਿਵੇਂ ਕਹਿੰਦੇ, ਇੱਕ ਲਿਖਣਾ ਅਤੇ ਨਾਲ ਗਾਉਣਾ। ਹਾਂਜੀ ਬਿਲਕੁਲ। ਗਾਉਣ ਲਈ ਕਿੰਨੀ ਕੁ ਮਿਹਨਤ ਚੱਲ ਰਹੀ ਆ ਅਤੇ ਲਿਖਣ ਲਈ ਕੀ ਜ਼ਿਆਦਾ ਤੁਸੀਂ ਧਿਆਨ ਰੱਖ ਰਹੇ ਹੋ, ਕੀ ਪੜ੍ਹਦੇ ਹੋ, ਕੀ ਵੇਖਦੇ ਹੋ? ਅਸਲ ਵਿੱਚ ਗਾਉਣ ਲਈ ਤਾਂ ਵੀਰੇ ਮਿਹਨਤ ਚਾਹੀਦੀ ਆ, ਲਿਖਣਾ ਮਤਲਬ ਇੱਕ ਜੋ ਅਸਲੀਅਤ ਹੈ, ਲਿਖਣਾ ਕਦੇ ਵੀ ਆਪਾਂ ਆਪਣੀ ਮਰਜ਼ੀ ਨਹੀਂ ਕਰ ਸਕਦੇ ਵੀ ਅੱਜ ਹੁਣ ਜੇ ਹੁਣ ਮੈਂ ਕਹਿੰਦਾ ਵੀ ਅੱਜ ਮੈਂ 4 ਗਾਣੇ ਲਿਖ ਕੇ ਸੋਣਾ ਨਹੀਂ ਲਿਖੇ ਜਾ ਸਕਦੇ। ਜੋ ਅਗਰ ਆਪਾਂ ਕੋਈ ਜ਼ਬਰਦਸਤੀ ਕਰਕੇ ਕੋਈ ਉੱਦਾਂ ਹੀ ਮਟੀਰੀਅਲ ਇਕੱਠਾ ਕਰਕੇ ਲਿਖਾਂਗੇ, ਸ਼ਾਇਦ ਮੈਨੂੰ ਨਹੀਂ ਲੱਗਦਾ ਵੀ ਉਸ ਚੀਜ਼ ਦੇ ਵਿੱਚ ਕੋਈ ਦਮ ਹੋਊਗਾ। ਅਸਲ ਗੱਲਬਾਤ ਤਾਂ ਉਹੀ ਹੈ ਜੋ ਅਚਨਚੇਤੀ ਮਾਇੰਡ ਦੇ ਵਿੱਚ ਆਉਂਦੀ ਹੈ। ਹਾਂ, ਉਹ ਗੱਲ ਨੂੰ ਆਪਾਂ ਜਦੋਂ ਲਿਖਦੇ ਹਾਂ ਉਹਨੂੰ, ਉਸ ਤੋਂ ਬਾਅਦ ਜਦੋਂ ਕੰਪਲੀਟ ਹੋ ਜਾਂਦੀ ਹੈ ਉਹਨੂੰ ਗੁਣਗੁਣਾਉਣ ਦੇ
ਅਸਲ ਇੱਕ ਉੱਦਾਂ ਨਾ ਜੋ ਜਿੰਨਾ ਕੁ ਬੰਦੇ ਨੇ ਕੀਤਾ ਹੁੰਦਾ ਮੈਂ ਕਹਿੰਦਾ ਵੀ ਉਨਾ ਕੀ ਦੱਸਣਾ ਚਾਹੀਦਾ। ਮੈਂ ਰਿਆਜ਼ ਰੂਜ਼ ਦੇ ਵਿੱਚ ਮੇਰੇ ਕੋਈ ਜ਼ਿਆਦਾ ਮਤਲਬ ਇਹ ਨਹੀਂ ਵੀ ਮੈਂ ਬਹੁਤ ਰਿਆਜ਼ ਕੀਤਾ, ਹੈ ਨਾ, ਬਸ ਮੇਰਾ ਇੰਨਾ ਕਿ ਵੀ ਫਰੈਂਡ ਸਰਕਲ ਇੰਨਾ ਕਰਿਆ ਵੀ ਮੈਨੂੰ ਰਿਆਜ਼ ਤੋਂ ਵੀ ਵੱਧ ਕੇ ਉਹ ਮਿਹਨਤ ਕਰਵਾਉਂਦੇ ਰਹੇ ਨੇ। ਹੁਣ ਜਦੋਂ ਕਿਤੇ ਬਹਿ ਗਏ ਇਹ ਨਹੀਂ ਪਤਾ ਵੀ ਦੋ ਦੋ ਘੰਟੇ ਗਾਈ ਜਾਣਾ, ਹੈ ਨਾ, ਉਸ ਹਿਸਾਬ ਨਾਲ ਬਸ ਇੱਕ ਜਿਹੜਾ ਗਲੇ ਦਾ ਸਟੈਮਿਨਾ ਬਣਿਆ ਹੋਇਆ। ਹਾਂਜੀ ਹਾਂਜੀ, ਬਾਕੀ ਲਾਈਵ ਸਟੇਜ ਤੋਂ ਚੱਲ ਰਹੇ ਨੇ, ਹੁਣ ਜਦੋਂ ਬੰਦਾ ਰੈਗੂਲਰ ਗਾਉਂਦਾ ਰਹਿੰਦਾ ਤਾਂ ਆਪਣਾ ਰਿਆਜ਼ੀ ਤਜਰਬੇ ਵਧੀ ਜਾਂਦੇ ਨੇ। ਬਾਕੀ ਆਪਣੇ ਤੋਂ ਵੱਡੇ ਜਿਹਨੂੰ ਕੋਈ ਆਰਟਿਸਟ ਨਾ ਮਿਲਦੇ ਹੋ ਤਾਂ ਸਿੱਖਣ ਨੂੰ ਮਿਲਦਾ ਕੁਛ, ਬਸ ਇੱਦਾਂ ਵੀ ਜੇ ਮੈਂ ਕਹਿੰਦਾ ਵੀ ਪ੍ਰੋਪਰ ਵੀ ਮੈਂ ਤਾਂ ਕਮਰੇ 'ਚੋਂ ਨਹੀਂ ਨਿਕਲਦਾ, ਮੈਂ ਬਹੁਤ ਰਿਆਜ਼ ਕਰਦਾ ਵੀ ਗੱਲ ਜਿੰਨੀ ਕੁ ਹੁੰਦੀ ਉੰਨੀ ਕੀ ਦੱਸਣੀ ਚਾਹੀਦੀ ਆ। ਜਿਹੜੇ ਆਉਣ ਵਾਲੇ ਸਮੇਂ ਦੇ ਗਾਣੇ ਆਉਣਗੇ ਉਹਨਾਂ ਦੇ ਜਿਹੜੇ ਪ੍ਰੋਜੈਕਟਾਂ 'ਤੇ ਕੰਮ ਚੱਲ ਰਿਹਾ ਉਹ ਕਿਹੜੇ ਕਿਹੜੇ ਨੇ? ਉਹਦੇ 'ਚ ਹੁਣ ਅੱਗੇ ਸਲਾਹ ਹੈ ਵੀ ਇੱਕ ਪੂਰੀ ਐਲਬਮ ਕਰਨ ਦੀ, ਹਾਂ ਮਤਲਬ ਪਲਾਨ ਹੈ ਜਿਹੜਾ ਉਹ ਪ੍ਰੋਪਰ ਬਣ ਚੁੱਕਿਆ। ਉਹ ਸਾਰੇ ਤੁਹਾਡੇ ਲਿਖੇ ਹੋਣਗੇ ਜਾਂ ਕਿਸੇ ਸਹਾਇਕ ਗੀਤਕਾਰਾਂ ਤੋਂ? ਜ਼ਿਆਦਾਤਰ ਤਾਂ ਆਪਣੇ ਹੋਣਗੇ, ਹਾਂ, ਬਾਕੀ ਸਿਲੈਕਸ਼ਨ ਚੱਲ ਰਹੀ ਹੈ, ਹਰ ਇੱਕ ਮਤਲਬ ਅੰਦਾਜ਼ ਦਾ ਗਾਣਾ ਆਪਾਂ ਨੇ ਪਾਉਣਾ, ਬੀਟ ਵੀ, ਹਾਂ, ਰੋਮਾਂਟਿਕ ਵੀ, ਜੋ, ਹਾਂ, ਸਾਰੇ ਹਿਸਾਬ ਦੇ ਗਾਣੇ ਪਾਉਣੇ ਉਹਦੇ 'ਚ। ਜੀ ਜੀ ਬਈ, ਜਗੀਰਦਾਰ ਗਾਣੇ ਨੂੰ ਆਪਾਂ ਦਰਸ਼ਕਾਂ ਦੇ ਨਾਲ ਥੋੜ੍ਹਾ ਜਿਹਾ ਕਰੀਏ ਸਾਂਝਾ, ਹੈ ਨਾ, ਬੜਾ ਘੈਂਟ ਤੁਹਾਡਾ ਦਗਾਣਾ ਜਿਹੜਾ ਆਇਆ ਗੁਰਲੇਜ ਅਖਤਰ ਉਹਨਾਂ ਦੇ ਨਾਲ। ਹਾਂਜੀ ਹਾਂਜੀ, ਹਾਂ ਜ਼ਰੂਰ ਕਰਦੇ, ਪਰ ਉਹ ਗਾਣਾ ਡਿਊਟ ਸੀ, ਹੁਣ ਮੈਨੂੰ ਇਕੱਲੇ ਨੂੰ ਗਾਉਣਾ ਪੈਣਾ ਨਾ, ਮੈਂ ਨਾਲ ਸਾਥ ਦਿੰਦਾ ਬਈ। ਚਲੋ ਕੋਈ ਗੱਲ ਨਹੀਂ, ਮੈਂ ਸੁਣਾਉਣਾ ਕਹਿੰਦਾ। ਜੀ ਜੀ, ਹੋ ਵੱਜਦੇ ਇਲਾਕੇ ਚ ਜਗੀਰਦਾਰ ਵੇ, ਹੁੰਦੀ ਰਹਿੰਦੀ ਗੋਲੀਆਂ ਦੀ ਤਾੜ ਤਾੜ ਵੇ, ਉਹ ਕੱਚੇ ਪੈਰੀ ਕਿਸੇ ਨੂੰ ਵੀ ਹੱਥ ਨਹੀਂ ਉਹ ਪਾਉਂਦਾ, ਮੈਨੂੰ ਸੌਂ ਲੱਗੇ ਹੋ ਕੇ ਪੂਰਾ ਕਹਿਮ ਚੱਕਦਾ, ਲਾਇਆ ਨਾ ਵੇ ਕਰ ਗੇੜੇ ਕਾਲੀ ਥਾਰ ਤੇ, ਮੇਰਾ ਵੀਰ ਤੇਰਾ ਫਿਰਦਾ ਏ ਟਾਈਮ ਚੱਕਦਾ, ਲਾਇਆ ਨਾ ਵੇ ਕਰ ਗੇੜੇ ਕਾਲੀ ਥਾਰ ਤੇ, ਮੇਰਾ ਵੀਰ ਤੇਰਾ ਫਿਰਦਾ ਏ ਟਾਈਮ ਚੱਕਦਾ, ਉਹ ਹੋਇਆ ਕਿ ਜੇ ਵੈਲੀ ਤੇਰਾ ਵੀਰ ਨੱਡੀਏ, ਲਾਉਂਦਾ ਜੱਟ ਵੀ ਟਿਕਾਣੇ ਉੱਤੇ ਤੀਰ ਨੱਡੀਏ, ਏਰੀਏ 'ਚ ਮਿੱਤਰਾਂ ਦੀ ਫੁੱਲ ਚਰਚਾ, ਹੋਰ ਐਵੇਂ ਤਾਂ ਨਹੀਂ ਰੱਖੀ ਦੀਆਂ ਮੁੱਛਾਂ ਝਾੜ ਕੇ, ਉਹ ਜੱਟ ਦੀ ਤਾਂ ਅੱਖ ਵਿੱਚ ਅੱਖ ਵੀ ਨਹੀਂ ਪਾਉਂਦਾ, ਵੇ ਲੋ ਸੁਪਨੇ 'ਚ ਹੀ ਸੌਂਦਾ, ਹੁਲ ਦੇ ਨ ਮਾਰ ਕੇ। ਥੈਂਕ ਯੂ ਜੀ ਬਾਈ। ਬਾਕੀ ਯਾਰ ਸਹੀ ਗੱਲ ਆ, ਜਿਵੇਂ ਇੱਕੋ ਹਕੀਕਤ ਬਿਆਨ ਕੀਤੀ ਹੈ ਨਾ, ਤੇ ਪਹਿਲੇ ਦਗਾਣੇ ਦੇ ਵਿੱਚ ਹੀ ਐਂਟਰੀ ਪੂਰੀ ਕੱਬੀ ਜਿਵੇਂ ਕਹਿੰਦੇ ਜ਼ਬਰਦਸਤ ਤੁਹਾਡੀ ਇਸ ਗਾਣੇ ਨਾਲ। ਬਾਕੀ ਇੱਕ ਇਸ ਗਾਣੇ ਦੇ ਵਿੱਚ ਇਹ ਗੱਲ ਵੀ ਹੈ ਵੀ ਸਾਰੇ ਬੰਦੇ ਵੀ ਰੱਬ ਦੀ ਰਜ਼ਾ 'ਚ ਸਾਰੇ ਸਹੀ ਹੁੰਦੇ ਨੇ, ਕੋਈ ਵੱਡਾ ਨਹੀਂ, ਕੋਈ ਛੋਟਾ ਨਹੀਂ, ਹੈ ਨਾ, ਰੋਟੀ ਸਭ ਨੇ ਖਾ ਕੇ ਸੋਣੀ ਆ, ਉਹ ਚੀਜ਼ ਨੂੰ ਤੁਸੀਂ ਬਰਾਬਰ। ਹਾਂ ਬਿਲਕੁਲ ਜੀ, ਬਿਲਕੁਲ ਬਿਲਕੁਲ। ਅਤੇ ਬਾਈ ਪਿੱਛੇ ਜੇ ਤੁਸੀਂ ਇੱਕ ਲਿਮਟਾਂ ਜਿਹੜੇ ਗਾਣੇ ਦੀ ਤੁਸੀਂ ਇੱਕ ਰਿਕਾਰਡਿੰਗ ਕੀਤੀ ਸੀਗੀ ਜਿਹਦੇ ਵਿੱਚ ਤੁਸੀਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਏ ਸੀਗੇ। ਹਾਂਜੀ ਹਾਂਜੀ, ਉਹਦੇ ਵਿੱਚ ਇੱਕ ਜ਼ਿੰਦਗੀ ਦੀ ਇਸ ਤੋਂ ਵੀ ਹੋਰ ਕੌੜੀ ਜਿਹੜੀ ਹਕੀਕਤ ਆ ਉਹ ਬਿਆਨ ਕੀਤੀ ਆ। ਮੇਰਾ ਖਿਆਲ ਇਹ ਫਿਰ ਵੀ ਇੱਕ ਵਰਗ ਦਾ ਜਿਹੜਾ ਗਾਣਾ, ਅਤੇ ਪਰ ਉਹ ਪੂਰੇ ਪੰਜਾਬੀਅਤ ਦੇ ਨਾਲ ਨਾਲ ਪੂਰੇ ਸਮਾਜ 'ਤੇ ਢੁੱਕਦਾ ਅਤੇ ਸਮਾਜ ਦੀ ਗੱਲ ਕਰਦਾ। ਹਾਂਜੀ ਹਾਂਜੀ, ਉਹ ਮੈਂ ਗਾਣਾ ਗਾਇਆ ਸੀਗਾ, ਪੇਜ ਉੱਤੇ ਪਾਇਆ ਸੀਗਾ ਗਾ ਕੇ, ਉਹ ਗੱਲ ਸੀ ਵੀ ਜਿਵੇਂ ਕਹਿੰਦੇ ਬੁੱਕਲ ਚਾਦਰ ਦੇਖ ਕੇ ਪੈਰ ਪਸਾਰਨ ਵਾਲੀ ਗੱਲ, ਹੈ ਨਾ, ਉਹ ਗਾਣਾ ਸੀ ਕਹਿੰਦਾ, ਹਾਏ ਦੁੱਖ ਬੜਾ ਦੇਣਗੀਆਂ ਤੈਨੂੰ ਮੌਜਾਂ ਲੁੱਟੀਆਂ, ਵਾਰਦਾ ਏ ਹੁਸਨਾਂ ਤੋਂ ਨੋਟਾਂ ਦੀਆਂ ਗੁੱਟੀਆਂ, ਹਾਏ ਦੁੱਖ ਬੜਾ ਦੇਣਗੀਆਂ ਤੈਨੂੰ ਮੌਜਾਂ ਲੁੱਟੀਆਂ, ਵਾਰਦਾ ਏ ਹੁਸਨਾਂ ਤੋਂ ਨੋਟਾਂ ਦੀਆਂ ਗੁੱਟੀਆਂ, ਮਾਂ ਨੂੰ ਕਦੇ ਗੁਰੂ ਘਰੇ ਮੱਥਾ ਨਾ ਟਿਕਾਇਆ, ਸ਼ਹਿਰ ਹੀਰਾਂ ਨੂੰ ਕਰਾਉਂਦਾ ਫਿਰੇ ਲੇਕਾਂ ਦੀ, ਹਾਏ ਲਿਮਟਾਂ 'ਤੇ ਚੱਲੇ ਤੇਰਾ ਘਰ ਵੀ ਰਿਹਾ ਹੋਏ ਰੀਸ ਕਰਦੇ ਦੁਬਈ ਵਾਲੇ ਸ਼ੇਖਾਂ ਦੀ, ਹੋਏ ਲਿਮਟਾਂ 'ਤੇ ਚੱਲੇ ਤੇਰਾ ਘਰ ਵੀ ਰਿਹਾ ਹੋਏ ਰੀਸ ਕਰਦੇ ਦੁਬਈ ਵਾਲੇ ਸ਼ੇਖਾਂ ਦੀ, ਜਿਹੜੀ ਚੀਜ਼ ਦਮ ਵਾਲੀ ਹੁੰਦੀ ਹੈ ਨਾ ਵੀ ਉਹ 'ਚ ਮਿਊਜ਼ਿਕ ਦਾ ਸ਼ੋਰ ਸ਼ਰਾਬਾ ਨਾ ਹੀ ਕਰੀਏ, ਹੈ ਨਾ, ਵੀ ਓਦਾਂ ਹੀ ਗੱਲ, ਹਾਂ, ਵੀ ਬਸ ਟੱਪਾ ਟੱਪਾ ਸਮਝ ਆਵੇ ਲੋਕਾਂ ਤੱਕ ਪਹੁੰਚਦੇ, ਕਿਉਂ ਜਿਹੜਾ ਸੋਸ਼ਲ ਮੀਡੀਆ ਬਹੁਤ ਤਾਕਤਵਰ ਹੋ ਚੁੱਕਿਆ, ਮੇਰਾ ਖਿਆਲ ਕੋਈ ਇਹੋ ਜਿਹਾ ਇਨਸਾਨ ਨਹੀਂ ਰਹਿੰਦਾ ਵੀ ਜਿਹਦੇ ਕੋਲ ਬਿਲਕੁਲ ਬਾਈ। ਅੱਛਾ ਬਾਈ, ਅਤੇ ਹੋਰ ਕੋਈ ਜਿਹੜੀ ਤੁਹਾਡੇ ਮਨ ਦੀ ਰੀਝ ਵੀ ਯਾਰ ਹਲੇ ਆਹ ਕਰਨਾ ਬਾਕੀ, ਯਾਰ ਨੇ ਤਾਂ ਹਲੇ ਕਰ ਬੇਸ਼ੱਕ ਆਹ ਵੀ ਲਿਆ ਤੇ, ਪਰ ਆਹ ਚੀਜ਼ਾਂ ਹਲੇ ਬਾਕੀ ਨੇ? ਦੇਖੋ ਹੁਣ ਮੈਂ ਲਿਖਦਾ ਵਾਂ ਅਤੇ ਮੈਨੂੰ ਲੱਗਦਾ ਹੁੰਦਾ ਨਾ ਵੀ ਆਹ ਗਾਣਾ ਕਰੀਏ ਤਾਂ ਬਹੁਤ ਸੋਹਣਾ ਜਾਣਾ, ਆਹ ਕਰੀਏ ਬਹੁਤ ਸੋਹਣਾ, ਜਿਵੇਂ ਇੱਕ ਕਹਿੰਦੇ ਨੇ ਵੀ ਮਾਂ ਨੂੰ ਜਿਹਦੇ ਚਾਰ ਪੁੱਤ ਨੇ ਚਾਰੇ ਬਰਾਬਰ ਲੱਗਦੇ ਹੁੰਦੇ ਨੇ, ਹੈ ਨਾ, ਸਿਲੈਕਸ਼ਨ ਕਰਨੀ ਬੜੀ ਔਖੀ ਹੁੰਦੀ ਹੈ ਵੀਰੇ, ਹੈ ਨਾ, ਆਪਾਂ ਨੂੰ ਖੁਦ ਨੂੰ ਨਹੀਂ ਪਤਾ ਹੈਗਾ ਵੀ ਲੋਕਾਂ ਨੂੰ ਕੀ ਪਸੰਦ ਆਉਣਾ, ਬਾਕੀ ਆਪਣੀ ਤਾਂ ਇੱਕ ਕੋਸ਼ਿਸ਼ ਹੁੰਦੀ ਹੈ, ਬਾਕੀ ਤੁਹਾਡੇ ਵਰਗੇ ਨਾਲ ਭਰਾ ਹੁੰਦੇ ਨੇ ਜਦੋਂ ਵੀ ਮੈਟਰ ਸਿਲੈਕਸ਼ਨ ਹੁੰਦੀ ਹੈ ਸਾਰੀ ਟੀਮ ਬੈਠ ਕੇ ਕਰਦੀ ਹੈ, ਹੈ ਨਾ। ਬਾਕੀ ਮੇਰਾ ਸ਼ੁਰੂ ਤੋਂ ਨੇਚਰ ਰਿਹਾ ਵੀ ਗੱਲ ਕੀਤੀ ਜਾਵੇ ਤਾਂ ਕੋਈ ਦਾਮ ਵਾਲੀ ਕੀਤੀ ਜਾਵੇ, ਉੱਦਾਂ ਦਾ ਫਾਇਦਾ ਨਹੀਂ ਕੋਈ। ਇੱਕ ਮੈਂ ਗਾਣਾ ਥੋੜ੍ਹੇ ਦਿਨ ਹੀ ਹੋਏ ਹਾਂ ਮਹਾਲੇ, ਕਿਤੇ ਗਾਇਆ ਵੀ ਨਹੀਂ, ਪਰ ਹੁਣ ਮੈਂ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਨਾ, ਅਤੇ ਉਹ ਗਾਣਾ ਸੀਗਾ, ਗਾਣੇ ਦਾ ਨਾਂ ਹੈ ਗੱਡੀ। ਅੱਛਾ,
ਉਹਦੇ 'ਚ ਗੱਲ ਦਾ ਜ਼ਿਕਰ ਕੀਤਾ ਵੀ ਕੋਈ ਵੀ ਬੰਦਾ ਖੁਸ਼ ਨਹੀਂ ਹੈਗਾ, ਭਾਵੇਂ ਕਿਸੇ ਕੋਲ ਆਡੀ ਹੈ, ਭਾਵੇਂ ਰੇਂਜ ਰੋਵਰ ਹੈ, ਹਰ ਇੱਕ ਬੰਦੇ ਦੀ ਹੋਰ ਲਾਲਸਾ ਹੁੰਦੀ ਹੈ। ਜਿਹਦੇ ਕੋਲ ਫੋਰਚੂਨਰ ਹੈ ਉਹਨੂੰ ਐਂ ਹੁੰਦਾ ਵੀ ਵੇਚ ਕੇ ਕੋਈ ਹੋਰ ਲਈਏ, ਹੈ ਨਾ, ਆਡੀ ਵਾਲੇ ਨੂੰ ਐਂ ਵੇਚ ਕੇ ਰੇਂਜ ਲਈਏ, ਕਹਿੰਦਾ ਉਹ ਗਾਣਾ ਤੁਹਾਡੇ ਨਾਲ ਸਾਂਝਾ ਕਰਦਾ, ਤੁਹਾਨੂੰ ਮੈਂ ਪੂਰਾ ਹੀ ਸੁਣਾਉਂਦਾ ਸ਼ਾਇਦ ਗਾਣਾ। ਅਤੇ ਕਹਿੰਦਾ ਕਿ ਫੋਰਚੂਨਰ ਤੋਂ ਮਨ ਜਾਇ ਅੱਕ ਗਿਆ, ਦਿਲ ਕਰਦਾ ਕੋਈ ਕਰਕੇ ਚੇਂਜ ਲੈ ਲਾ, ਹਾਏ ਆਡੀ ਵਾਲੇ ਨੂੰ ਵੀ ਨੀਂਦ ਜੀ ਨਹੀਂ ਆਉਂਦੀ, ਹੋਏ ਕਹਿੰਦਾ ਵੇਚ ਕੇ ਛੇਤੀ ਰੇਂਜ ਲੈ ਲਾ, ਹਾਏ ਕੱਪੜਿਆਂ ਵਾਂਗ ਬਦਲੀਆਂ ਗੱਡੀਆਂ, ਹਾ ਤਾਂ ਮਿੱਤਰਾ ਚੋਜ ਅਮੀਰਾਂ ਦੇ, ਪਰ ਕੋਈ ਟਾਵਾਂ ਹੀ ਬੰਦਾ ਸਬਰ ਕਰੇ ਜੋ ਲਿਖਿਆ ਵਿੱਚ ਤਕਦੀਰਾਂ ਦੇ, ਹਾਏ ਸਭ ਪੈਸੇ ਦੀਆਂ ਗੇਮਾਂ ਮਿੱਤਰਾ, ਆ ਤਾਂ ਹੀ ਪੂੰਜੇ ਨਾ ਲੱਗਦੀ ਅੱਡੀ ਹੈ, ਪਰ ਗੱਡੀ ਤਾਂ ਵੀਰੇ ਗੱਡੀ ਹੀ ਹੈ, ਭਾਵੇਂ ਛੋਟੀ ਹੈ ਭਾਵੇਂ ਵੱਡੀ ਹੈ, ਹਾਏ ਗੱਡੀ ਤਾਂ ਵੀਰੇ ਗੱਡੀ ਹੈ, ਭਾਵੇਂ ਛੋਟੀ ਹੈ ਭਾਵੇਂ ਵੱਡੀ ਹੈ, ਕਿ ਮਹਿੰਗੀ ਗੱਡੀ ਵਿੱਚ ਬੰਦਾ ਨਹੀਂ ਮਰਦਾ, ਉਹ ਇਹ ਵਹਿਮ ਸੋਹਣਿਆ ਯਾਰਾਂ ਦੇ, ਸੋ ਰੱਬ ਦੀ ਉਹ ਇਲਾਕੇ ਨਹੀਂ ਕਹਿੰਦਾ, ਮੈਂ ਛੱਪੀਆਂ ਵੇਖੀਆਂ ਵਿੱਚ ਅਖਬਾਰਾਂ ਦੇ, ਹਾਏ ਮੌਤ ਮੂਹਰੇ ਬੰਦੇ ਦੀ ਸਿਆਣਪ ਨਹੀਂ ਚੱਲਦੀ, ਬਈ ਜਦੋਂ ਆਉਣ ਲੱਗੀ ਉਹਨੇ ਲੈ ਜਾਣਾ, ਹਾਏ ਉੱਥੇ ਬੁਲਟ ਪਰੂਫ ਚਾਦਰਾਂ ਨੇ ਕੀ ਅੜਨਾ, ਜਿੱਥੇ ਮਿੱਤਰਾ ਕਾਲ ਨੇ ਪੈ ਜਾਣਾ, ਹਾਏ ਸਦਾ ਨੀ ਬਹਿਣਾ ਮਾਰ ਕੇ ਕੁੰਡਲੀ, ਆਹਾ ਗੱਲ ਕਿਉਂ ਦਿਲ ਚੋਂ ਕੱਢੀ ਹੈ, ਓ ਪਰ ਗੱਡੀ ਤਾਂ ਵੀਰੇ ਗੱਡੀ ਹੈ, ਭਾਵੇਂ ਛੋਟੀ ਹੈ ਭਾਵੇਂ ਵੱਡੀ ਹੈ। ਆ ਗਾਣਾ ਲਿਖਿਆ ਸੀ ਵੀਰੇ, ਮੈਨੂੰ ਖੁਸ਼ ਯਾਰ, ਬਾਤ ਕਮਾਲ ਬਾਈ, ਥੈਂਕ ਯੂ ਵੀਰੇ, ਥੈਂਕ ਯੂ। ਪਰਮਾਤਮਾ ਨੇ ਤੁਹਾਡੇ ਤੇ ਇੱਕ ਬਹੁਤ ਵੱਡੀ ਬਖਸ਼ਿਸ਼ ਕੀਤੀ ਹੈ ਮੈਂ ਵੀਰੇ, ਦਿਨ ਰਾਤ ਉੱਠ ਕੇ ਹੀ ਸ਼ੁਕਰਾਨਾ ਕਰਦਾ। ਹਾਂ, ਆਵਾਜ਼ ਤਾਂ ਹੈ ਹੀ ਹੈ ਪਰ ਜਿਹੜੀ ਕਲਮ ਹੈ ਨਹੀਂ ਡੂੰਗੀ ਬਾਈ, ਕਲਮ ਦਾ ਜ਼ਰੂਰ ਕੋਈ ਵੱਡਾ ਰਾਜ ਆ, ਜਾਂ ਤਾਂ ਜ਼ਿੰਦਗੀ ਨੇ ਤੁਹਾਨੂੰ ਸਿਖਾਇਆ, ਮੈਨੂੰ ਵੀ ਖੁਦ ਨੂੰ ਸਮਝ ਨਹੀਂ ਆਇਆ ਐਡੀ ਡੂੰਘੇ ਸ਼ਬਦ ਤੇ ਉਹ ਚੀਜ਼ ਜਿਹੜੀ ਨਾਲ ਦੀ ਹਾਲਾਤ ਦੇ ਹਿਸਾਬ ਨਾਲ ਬਿਆਨ ਕਰਨਾ। ਹਾਂਜੀ ਹਾਂਜੀ ਵੀਰੇ, ਬਾਕੀ ਦਿਨ ਰਾਤ ਸ਼ੁਕਰਾਨਾ ਪਰਮਾਤਮਾ ਕਰਦੇ ਹਾਂ, ਉਹੀ ਲਿਖਾਉਂਦਾ ਹੈ ਨਾ ਖੁਦ ਨੂੰ, ਮੈਂ ਕੁਛ ਵੀ ਸੋਚ ਕੇ ਅੱਜ ਤੱਕ ਕੁਛ ਨਹੀਂ ਲਿਖਿਆ ਵੀ ਅੱਜ ਇਹਦੇ ਵਰਕ ਕਰਨਾ ਇਹਦੇ ਵਰਕ ਕਰਨਾ, ਬਸ ਇੱਦਾਂ ਹੀ ਨੇਚਰ ਹੈ ਵੀਰੇ ਆਪਣਾ। ਸੋ ਅਰਨਿਤ ਵੀਰੇ, ਤੁਸੀਂ newynumber.com ਨਾਲ ਕੀਤੀਆਂ ਅੱਜ ਢੇਰ ਸਾਰੀਆਂ ਗੱਲਾਂ ਬਾਤਾਂ, ਸਾਨੂੰ ਟਾਈਮ ਦਿੱਤਾ ਤੁਹਾਡਾ, ਅਸੀਂ ਧੰਨਵਾਦ ਕਰਦੇ ਹਾਂ। ਤੇ ਜਾਂਦੇ ਜਾਂਦੇ ਵੀਰੇ, ਮੈਂ ਤੁਹਾਨੂੰ ਟਾਈਮ ਨਹੀਂ ਦਿੱਤਾ, ਤੁਸੀਂ ਸਾਨੂੰ ਟਾਈਮ ਦਿੱਤਾ, ਕਿਉਂਕਿ ਤੁਹਾਡਾ ਬਹੁਤ ਵੱਡਾ ਹੱਥ ਹੁੰਦਾ ਇੱਕ ਆਰਟਿਸਟ ਦੇ ਪਿੱਛੇ, ਸਾਡੇ ਲਈ ਬਹੁਤ ਵੱਡੀ ਗੱਲ ਹੈ, ਕਿਉਂਕਿ ਪੰਜਾਬ ਦੇ ਵਿੱਚ ਬਹੁਤ ਹੀ ਟੈਲੈਂਟਡ ਬੰਦੇ ਹੁੰਦੇ ਨੇ, ਕਈ ਵਾਰੀ ਇੱਕ ਪ੍ਰਮੋਸ਼ਨ ਬਣੀ ਰਹਿ ਜਾਂਦੇ ਨੇ, ਪਰ ਤੁਸੀਂ ਉਹ ਇਨਸਾਨ ਨੂੰ ਜਿਹੜੇ ਸਾਡੇ ਵਰਗੇ ਗੁੰਮਨਾਮਾਂ ਨੂੰ ਇੱਕ ਨਾਮਵਰਾਂ ਦੀ ਗਿਣਤੀ ਦੇ ਵਿੱਚ ਲੈ ਕੇ ਆਉਂਦੇ, ਦਿਲੋਂ ਧੰਨਵਾਦ ਮੇਰੇ ਵੱਲੋਂ, ਨਾ ਕਿ ਤੁਹਾਡਾ, ਤੁਸੀਂ ਨਾ ਸਾਡਾ ਕਰੋ। ਨਹੀਂ, ਜਾਂਦੇ ਜਾਂਦੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਆਪਣੇ ਪਿਆਰ ਕਰਨ ਵਾਲਿਆਂ ਤੇ ਨਾਲ ਦੀ ਨਾਲ ਕੋਈ ਸੁਨੇਹਾ ਜਾਂ ਤੁਹਾਡੇ ਦਿਲ ਦੀ ਗੱਲ? ਵੀਰੇ, ਸੁਨੇਹਾ ਦੇਣ ਦੇ ਹਲੇ ਕਾਬਲ ਤਾਂ ਹੋਏ ਨਹੀਂ, ਬਾਕੀ ਮੈਂ ਤਾਂ ਇਹ ਕਹਿੰਦਾ ਵੀ ਯਾਰ ਵੀ ਤੁਸੀਂ ਦਰਸ਼ਕਾਂ ਨੂੰ ਇਹ ਕਹਿੰਦੇ, ਤੁਸੀਂ ਚੰਗਾ ਸੁਣੋਗੇ ਤਾਂ ਰਾਈਟਰ ਚੰਗਾ ਲਿਖਣਗੇ, ਹੁਣ ਤੁਸੀਂ ਚੰਗਾ ਸੁਣਨ ਦੀ ਕੋਸ਼ਿਸ਼ ਕਰੋ, ਚੰਗਾ ਗਾਉਣ ਵਾਲਿਆਂ ਨੂੰ, ਚੰਗਾ ਲਿਖਣ ਵਾਲਿਆਂ ਨੂੰ, ਉਹਨਾਂ ਨੂੰ ਆਪਣੇ ਦਿਲਾਂ ਦੇ ਵਿੱਚ ਥਾਂ ਦਿਓ, ਫਿਰ ਹੀ ਕਲਾਕਾਰ ਵੀ ਚੰਗਾ ਗਾਉਣਗੇ, ਬਸ ਇਹੀ ਮੈਸੇਜ ਹੈ। ਸੋ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਰੇ, ਥੈਂਕ ਯੂ। ਸੋ ਦੋਸਤੋ, ਇਹ ਸਨ ਉੱਗੇ ਲੋਕ ਗਾਇਕ ਅਰਨਿਤ ਬਾਈ ਹੋਰਾਂ ਦੇ ਨਾਲ ਅੱਜ ਅਸੀਂ newynumber.com ਤੇ ਕੀਤੀਆਂ ਗੱਲਾਂ ਬਾਤਾਂ। ਅਗਲੀ ਵਾਰੀ ਦੋਸਤੋ ਫਿਰ ਕਿਸੇ ਹੋਰ ਕਲਾਕਾਰ ਨੂੰ ਲੈ ਕੇ ਰੰਗ ਪੰਜਾਬ ਦੇ ਪ੍ਰੋਗਰਾਮ ਦੇ ਵਿੱਚ ਹੋਵਾਂਗੇ ਹਾਜ਼ਰ। ਤਦ ਤੱਕ ਲਈ ਬਿੱਟੂ ਚੱਕ ਵਾਲੇ ਹੁੰਦੇ ਹੋ ਇਜਾਜ਼ਤ, ਰੱਬ ਰਾਖਾ।